ਇੱਕ ਕੁੜੀ 8 ਸਾਲਾਂ ਦੀ ਆ, ਇੱਕ 10 ਮਹੀਨਿਆਂ ਦੀ ਆ, ਮੈਂ ਕੀ ਕਰਾਂਗੀ? ਉਹ ਤਾਂ ਚਲਾ ਗਿਆ ਟੀਕਾ ਲਾ ਕੇ, ਉਹਨੇ ਦੇਖਿਆ ਨਹੀਂ ਉਹਦੇ ਪਿੱਛੇ ਦੋ ਜਵਾਕਾਂ, ਮੈਂ ਬੈਠੀ ਆ, ਉਹਦੀ ਮਾਂ ਬੈਠੀ ਆ। ਬੜੇ ਟਾਈਮ ਤੋਂ ਨਸ਼ੇ ਕਰ ਰਿਹਾ ਸੀਗਾ, ਮੈਂ ਸਾਰੇ ਘਰ ਦੀ ਚੀਜ਼ਾਂ ਬਣਾਈਆਂ, ਸਭ ਕੁਛ ਵੇਚਤਾ, ਉਹਨੇ ਕੁਛ ਨਹੀਂ ਛੱਡਿਆ, ਘਰੇ ਸਾਰਾ ਘਰ ਖਾਲੀ ਕਰਤਾ। ਲੋਕਾਂ ਦੀਆਂ ਪੁੱਤਾਂ ਅਤੇ ਅਰਥੀਆਂ 'ਤੇ ਕਿਉਂ ਨਹੀਂ ਕੰਟਰੋਲ ਹੁੰਦਾ? ਭਰਾ ਨੂੰ ਗੋਦੀ ਚੱਕ ਕੇ ਖੜਾਉਂਦਾ, ਮੋਢਿਆਂ 'ਤੇ ਲਾਸ਼ ਲੈ ਕੇ ਆਉਂਦਾ, ਫਿਰ ਉਹਦਾ ਪਤਾ ਲੱਗਦਾ ਬਾਈ ਕਿ ਜਿਹੜਾ ਨਸ਼ਾ ਉਹ ਕਰਦੇ ਉਹ ਪਿੰਡੋਂ ਮਿਲਦਾ ਤੁਹਾਡੇ ਸ਼ਰੇਆਮ? ਸ਼ਰੇਆਮ ਮਿਲਦਾ ਪਿੰਡੋਂ, ਸਾਡੇ ਸਿਆਣੇ 'ਚ ਵਾਧੂ ਚੱਲਦਾ ਹੈਗਾ, ਸ਼ੁਰੂ ਤੋਂ ਚੱਲ ਰਿਹਾ ਹੈਗਾ। ਸਾਡੇ ਸੈਂਕੜੋ ਸਹਿਣੇ 'ਚ ਨੌਜਵਾਨਾਂ ਦੀ ਮੌਤ ਹੋ ਗਈ, ਇੰਨੇ ਨੌਜਵਾਨ ਮਰੇ ਆ ਮੈਂ ਤੈਨੂੰ ਦੱਸ ਨਹੀਂ ਸਕਦਾ, ਪਰ ਕੋਈ ਪਰਿਵਾਰ ਸਾਹਮਣੇ ਨਹੀਂ ਆਇਆ ਵੀ ਮੇਰਾ ਪੁੱਤ ਨਸ਼ੇ ਨਾਲ ਮਰਿਆ। ਬਹੁਤ ਮੁਕਤ ਹੋ ਗਿਆ ਬੇਟੇ, ਪਿੰਡ ਖਾਲੀ ਹੋ ਗਿਆ ਸਾਡਾ, ਨਿੱਕੇ ਨਿੱਕੇ ਬੱਚੇ ਨਸ਼ਾ ਕਰਨ ਲਾਏ ਪਏ ਨੇ। ਇਹ ਤਾਂ ਭੋਰਾ ਭੋਰਾ ਬੱਚਿਆਂ ਦੀ ਜ਼ਿੰਦਗੀਆਂ ਖਰਾਬ ਕਰੀ ਜਾਂਦੇ ਆ, ਸਰਕਾਰ ਕਾਹਦੀ ਆਈ ਹੈ? ਸਰਕਾਰ ਨੇ ਤਾਂ ਸਗੋਂ ਮਾਰ ਲਿਆ ਸਾਨੂੰ। ਅੱਜ ਮਰਿਆ ਮੁੰਡਾ, ਇਸ ਦੀ ਜ਼ਿੰਮੇਵਾਰ ਕੌਣ? ਕੋਈ ਜ਼ਿੰਮੇਵਾਰੀ ਲਊਗਾ? ਉਹ ਭਗਵੰਤ ਮਾਨ ਜ਼ਿੰਮੇਵਾਰੀ ਲਊਗਾ ਜੋ ਖੁਦ ਨਸ਼ੇ ਦਾ ਸੌਦਾਗਰ ਹੈ, ਖੁਦ ਨਸ਼ਾ ਕਰਦਾ। ਆ ਜਿਹੜੇ ਆ 70 ਅੱਜ ਵਿਸੇ ਪਏ ਨੇ, ਇਹ ਸਰਕਾਰਾਂ ਨੂੰ ਦਿੰਦੇ ਨਹੀਂ। ਇਹ ਅੱਗ ਪਰਮਾਤਮਾ ਕਰੇ ਉਹਨਾਂ ਦੇ ਘਰੇ ਜਾਵੇ, ਠੀਕ ਆ, ਫਿਰ ਪਤਾ ਲੱਗੇ ਇਹਨਾਂ ਦਾ ਕੋਈ ਪੁੱਤ ਮਰਿਆ ਨਸ਼ੇ ਨਾਲ। ਨਸ਼ੇ 'ਤੇ ਕੰਟਰੋਲ ਨਹੀਂ ਕਰ ਸਕਦੇ। ਇਹ ਕੋਈ ਕੁਦਰਤੀ ਮੌਤ ਨਹੀਂ, ਇਹ ਕਤਲ ਆ, ਇਹ ਕਤਲ ਸਰਕਾਰੀ ਕਤਲ ਆ, ਸਰਕਾਰ ਦੁਆਰਾ ਕੀਤਾ ਗਿਆ ਕਤਲ ਆ। ਲੋਕ ਵਾਚ ਟੀਵੀ ਨਾਲ ਜੁੜੇ ਤੁਸੀਂ, ਮੈਂ ਮੁਮਤਾਜ਼। ਪੰਜਾਬ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ, ਬੜੀਆਂ ਗਈਆਂ, ਹਰ ਇੱਕ ਨੇ ਵਾਅਦਾ ਕੀਤਾ ਕਿ ਚਿੱਟਾ ਨਸ਼ਾ ਜਿਹੜਾ ਉਹ ਅਸੀਂ ਖਤਮ ਕਰਾਂਗੇ, ਪਰ ਨਸ਼ਾ ਤਾਂ ਖਤਮ ਨਹੀਂ ਹੋਇਆ। ਨੌਜਵਾਨਾਂ ਦੀਆਂ ਲਾਸ਼ਾਂ ਉਸੇ ਤਰ੍ਹਾਂ ਪਿੰਡਾਂ ਵਿੱਚ ਉੱਠ ਰਹੀਆਂ ਨੇ। ਮਾਮਲਾ ਸ਼ਹਿਣੇ ਪਿੰਡ ਦਾ ਆ, ਜਿੱਥੋਂ ਦਾ ਇੱਕ ਨੌਜਵਾਨ ਜੋ 2 ਬੱਚੀਆਂ ਦਾ ਬਾਪ ਆ, ਉਹ ਪਿਛਲੇ ਦਿਨੀ ਚਿੱਟੇ ਦੇ ਨਸ਼ੇ ਦੇ ਨਾਲ ਉਸਦੀ ਮੌਤ ਹੁੰਦੀ ਹੈ। ਗੱਲਬਾਤ ਕਰਦੇ ਹਾਂ ਪੂਰੇ ਪਰਿਵਾਰ ਦੇ ਨਾਲ ਕਿ ਇਸ ਵਕਤ ਜਿਹੜੀ ਘਟਨਾ ਹੋਈ ਹੈ, ਸਭ ਤੋਂ ਪਹਿਲਾਂ ਉਹਨਾਂ ਦੀ ਪਤਨੀ ਨੇ, ਘਟਨਾ ਕੀ ਹੁੰਦੀ ਹੈ ਜੀ? ਕਿੰਨੇ ਸਮੇਂ ਤੋਂ ਪਹਿਲਾਂ ਤੋਂ ਨਸ਼ਾ ਲੈ ਰਹੇ ਸੀ? ਬੜਾ ਟਾਈਮ ਹੋ ਗਿਆ ਸੀ ਉਹਨੂੰ ਨਸ਼ਾ ਕਰਦਾ। ਬੜੇ ਟਾਈਮ ਤੋਂ ਨਸ਼ੇ ਕਰ ਰਿਹਾ ਸੀਗਾ, ਮੈਂ ਸਾਰੇ ਘਰ ਦੀ ਚੀਜ਼ਾਂ ਬਣਾਈਆਂ, ਸਭ ਕੁਛ ਵੇਚਤਾ, ਉਹਨੇ ਕੁਛ ਨਹੀਂ ਛੱਡਿਆ, ਘਰੇ ਸਾਰਾ ਘਰ ਖਾਲੀ ਕਰਤਾ, ਕੋਈ ਚੀਜ਼ ਨਹੀਂ ਛੱਡੀ ਉਹਨੇ, ਕੋਈ ਚੀਜ਼ ਨਹੀਂ ਛੱਡੀ। ਕੰਮ ਕਰਦੇ ਸੀਗੇ ਜੀ? ਦਿਹਾੜੀ ਦੱਪਾ ਕਰਦਾ ਸੀਗਾ। ਜਿਹੜਾ ਨਸ਼ਾ ਉਹ ਚਿੱਟਾ, ਮਤਲਬ ਚਿੱਟਾ ਹੀ ਲਾਉਂਦੇ ਸੀ ਸ਼ੁਰੂ ਤੋਂ ਹੀ? ਚਿੱਟਾ ਪੀਂਦੇ ਸੀਗੇ ਸ਼ੁਰੂ ਤੋਂ ਹੀ। ਟੀਕਾ ਲਾਇਆ ਸੀ ਉਸ ਦਿਨ? ਟੀਕਾ ਲਾਇਆ ਸੀਗਾ ਮਾਂ ਤੇ। ਤੁਹਾਨੂੰ ਪਤਾ ਕਿਵੇਂ ਲੱਗਦਾ ਤੁਹਾਨੂੰ ਉਸ ਦਿਨ? ਉਹਦੇ ਮਾਵਾਂ ਤੇ ਟੀਕੇ ਦੇ ਨਿਸ਼ਾਨ ਲੱਗੇ ਹੋਏ ਸੀਗੇ। ਬਸ ਤੁਹਾਨੂੰ ਇਹ ਪਤਾ ਹੋਣਾ ਕਿ ਜਿਹੜਾ ਨਸ਼ਾ ਉਹ ਕਰਦੇ ਉਹ ਪਿੰਡੋਂ ਮਿਲਦਾ ਤੁਹਾਡੇ ਸ਼ਰੇਆਮ? ਸ਼ਰੇਆਮ ਮਿਲਦਾ ਪਿੰਡੋਂ, ਸਾਡੇ ਸ਼ਹਿਣੇ 'ਚ ਵਾਧੂ ਚੱਲਦਾ ਹੈਗਾ, ਸ਼ੁਰੂ ਤੋਂ ਚੱਲ ਰਿਹਾ ਹੈਗਾ ਨਸ਼ੇ। ਸਰਕਾਰ ਕੁਛ ਨਹੀਂ ਕਰਦੀ ਨਸ਼ੇ ਦੇ ਖਿਲਾਫ, ਲੋਕਾਂ ਦੇ ਜਵਾਨ ਪੁੱਤ ਜਾਂਦੇ ਆ, ਮੇਰਾ ਘਰਵਾਲਾ ਚਲਾ ਗਿਆ, ਕੁਛ ਨਹੀਂ ਕਰਦੇ, ਕੋਈ ਨਹੀਂ ਕਰਦਾ, ਇਹਨਾਂ ਦਾ ਕੁਛ ਕਰਦੇ ਕਿਉਂ ਨਹੀਂ ਉਹ? ਮੇਰੇ ਜਵਾਕ ਰੁਲ ਗਏ, ਮੇਰੀ 2 ਕੁੜੀਆਂ ਨੇ, ਇੱਕ ਕੁੜੀ 8 ਸਾਲਾਂ ਦੀ ਆ, ਇੱਕ 10 ਮਹੀਨਿਆਂ ਦੀ ਆ, ਮੈਂ ਕੀ ਕਰਾਂਗੀ? ਉਹ ਤਾਂ ਚਲਾ ਗਿਆ ਟੀਕਾ ਲਾ ਕੇ,
ਉਹਨੇ ਦੇਖਿਆ ਨਹੀਂ ਉਹਦੇ ਪਿੱਛੇ ਦੋ ਜਵਾਕਾਂ ਮੈਂ ਬੈਠੀ ਆ, ਉਹਦੀ ਮਾਂ ਬੈਠੀ ਆ, ਉਹਨੇ ਦੇਖਿਆ ਨਹੀਂ ਮੈਂ ਉਹਨਾਂ ਦਾ ਕੀ ਬਣੂਗਾ। ਆਪ ਟੀਕਾ ਲਾ ਕੇ ਚਿੱਟਾ ਪੀ ਕੇ ਚਲਾ ਗਿਆ, ਸਾਡਾ ਕੀ ਰਹਿ ਗਿਆ, ਸਾਨੂੰ ਵੀ ਪਿਲਾ ਦੇ। ਮਾਤਾ ਜੀ ਇਹ ਤੁਹਾਡੇ ਕਿੰਨੇ ਬੱਚੇ ਸੀ? ਦੋ ਮੁੰਡੇ ਆ, ਦੋ ਮੁੰਡੇ ਆ, ਦੋ। ਇਹ ਵੱਡਾ ਸੀ ਕਿ ਛੋਟਾ ਸੀ? ਇਹ ਛੋਟਾ ਸੀ। ਛੋਟਾ ਸੀ। ਹਾਂਜੀ। ਇਹ ਨਸ਼ਾ ਮਤਲਬ ਕਿੰਨੇ ਸਮੇਂ ਪਹਿਲਾਂ ਸ਼ੁਰੂ ਕੀਤਾ ਕਰਨਾ? ਪਤਾ ਨਹੀਂ ਲੱਗਿਆ ਵੀਰਾ ਮੈਨੂੰ ਕਿ ਮੁੰਡਿਆਂ ਨਾਲ ਬਾਹਰ ਹੀ ਫਿਰਦਾ ਸੀ। ਹੁਣ ਮੈਨੂੰ ਘਰੇ ਆਉਂਦਾ ਨਹੀਂ ਸੀ, ਘੱਟ ਆਉਂਦਾ ਸੀ। ਠੀਕ ਹੈ। ਹਾਂ। ਕੰਮ ਦਿਹਾੜੀ ਤੱਪਾ ਕਰਦਾ ਸੀ ਕਿ ਨਹੀਂ? ਨਾ, ਕਰਦਾ ਨਹੀਂ ਸੀ। ਹੁਣ ਨਹੀਂ ਸੀ ਕਰਦਾ, ਅੱਗੇ ਸੀਜ਼ਨ ਲਾਉਣ ਜਾਂਦਾ ਸੀ। ਠੀਕ ਹੈ। ਜਿਹੜਾ ਫਿਰ ਜਿਹੜਾ ਖਰਚਾ ਮਾਤਾ, ਜਿਵੇਂ ਚਿੱਟਾ ਪੀਣਾ, ਉਹ ਮਤਲਬ ਨਸ਼ਾ ਬਹੁਤ ਮਹਿੰਗਾ ਕਹਿੰਦੇ, ਉਹ ਕਿਵੇਂ ਕਿੱਥੋਂ ਲਿਆਉਂਦਾ ਸੀ ਪੈਸੇ? ਪਤਾ ਨਹੀਂ ਵੀਰੇ ਕਿੱਥੋਂ ਲਿਆਉਂਦਾ ਸੀ, ਘਰੇ ਤਾਂ ਹੁਣ ਘੱਟ ਹੀ ਆਉਂਦਾ ਸੀ, ਮੁੰਡਿਆਂ ਨਾਲ ਰਲਿਆ ਹੋਇਆ ਸੀ। ਹੈ ਵੀ ਮੁੰਡੇ ਸਾਡੇ ਘਰਾਂ ਕੋਲ ਹੀ ਹੈ, ਇੱਥੇ ਮਤਲਬ ਸ਼ਰੇਆਮ ਮਿਲਦਾ। ਹਾਂ। ਕਦੇ ਕੋਈ ਰੋਕਣ ਜਾਂ ਕੋਈ ਚੈੱਕ ਕਰਨ ਨੂੰ ਪੁਲਿਸ ਵਗੈਰਾ ਆਉਂਦੀ ਰਹਿੰਦੀ ਹੈ ਕਿ ਨਹੀਂ? ਕੋਈ ਨਹੀਂ ਆਉਂਦਾ। ਕੋਈ ਨਹੀਂ ਆਉਂਦਾ? ਨਾ, ਬਹੁਤ ਹੋਇਆ ਇੱਥੇ ਸਾਡੇ, ਕੋਈ ਨਹੀਂ ਆਉਂਦਾ। ਪਹਿਲਾਂ ਘਟਨਾਵਾਂ ਹੋਈਆਂ ਪਿੰਡ ਦੇ ਵਿੱਚ ਹੋਰ? ਆਇਆ ਪਤਾ ਵੀ ਰਿਹਾ, ਮੈਨੂੰ ਇੰਨਾ ਪਤਾ ਨਹੀਂ, ਮੈਨੂੰ ਪਤਾ ਨਹੀਂ ਲੱਗਦਾ। ਤੁਸੀਂ ਭਾਈ ਹੋ ਤਾਂ ਵੀਰੇ, ਤੁਹਾਨੂੰ ਜਿਵੇਂ ਤੁਹਾਡੇ ਨਾਲ ਕਦੇ ਗੱਲਬਾਤ ਕੀਤੀ ਹੋਵੇ ਜਾਂ ਨਸ਼ੇ ਬਾਰੇ ਤੁਹਾਨੂੰ ਪਤਾ ਕਿ ਕਦੋਂ ਤੋਂ ਲੈ ਰਹੇ ਸੀਗੇ? ਨਸ਼ੇ ਤਾਂ ਬਾਈ ਯਾਰ ਪਹਿਲਾਂ ਸੀਜ਼ਨ ਲਾਉਣ ਜਾਂਦਾ, ਉਹਦੀ ਮਸ਼ੀਨ 'ਤੇ ਵਧੀਆ ਕੰਮ ਕਰਦਾ ਸੀਗਾ, ਸਾਨੂੰ ਵੀ ਪਤਾ ਸੀਗਾ। ਹੁਣ ਪੈਸੇ ਖੁੱਲ੍ਹੇ ਰੱਖਦਾ ਸੀ, ਉੱਧਰੋਂ ਫੋਨ ਉਹਨੇ ਫੋਨ ਕਰਨਾ, ਉੱਧਰੋਂ ਪੈਸੇ ਪਵਾ ਲੈਂਦਾ, ਬੰਦੇ ਵਧੀਆ ਸੀ। ਹੁਣ ਤਾਂ ਫੱਟ ਦੇ ਪਿੰਡ ਦੇ ਬੰਦਿਆਂ ਨੇ ਮਾਰਕੀਟ ਇੰਨੀ ਖਰਾਬ ਕਰ ਲਈ, ਕੋਈ ਪੰਜੀ ਨਹੀਂ ਦਿੰਦਾ ਇਹਨਾਂ ਨੂੰ। ਪਹਿਲਾਂ ਫੋਨ ਕਰਦਾ ਉੱਥੋਂ 40,000 ਫੋਨ ਖਾਤੇ 'ਚ ਪਵਾਤਾ ਬਾਬੂ ਤੋਂ, ਕਦੇ 50 ਪਵਾ ਲਿਆ, ਘਰ ਘੁਰ ਵਧੀਆ ਬਣਾ ਲਿਆ ਜੀ ਸਾਰਾ ਕੁਛ ਜੀ। ਹੁਣ ਵਧੀਆ, ਹੁਣ ਕੰਮ 'ਤੇ ਹੁਣ ਸਾਨੂੰ ਕੋਈ ਪਤਾ ਨਹੀਂ ਸੀ, ਸਾਨੂੰ ਪਤਾ ਲੱਗਿਆ ਵੀ ਇਹ ਗਲਤ ਸੰਗਤ ਨਾ ਪੈ ਗਿਆ। ਫਿਰ ਇਹਦਾ ਪਿੱਛਾ ਕਰਦੇ ਦੇਖਿਆ ਵੀ ਮਾਤਾ ਨੂੰ ਭੇਜਦਾ ਰਿਹਾ, ਮਹਾ ਮਾਤਾ ਤੂੰ ਜਾ ਪਤਾ ਕਰ ਇਹਦਾ ਕਿੱਥੇ ਜਾਂਦਾ ਹੈ, ਇਹਨੇ ਦੇਖਣਾ ਵੀ ਹਾਂ ਮਾੜੀ ਸੰਗਤ ਨਾਲ ਰਲਿਆ ਵਾ। ਫਿਰ ਮੇਰੀ ਭੈਣ ਨੂੰ ਫੋਨ ਕਰਿਆ, ਮੇਰੀ ਭੈਣ ਰਹਿੰਦੀ ਹੈ ਜੀ 5 ਕੁੱਲੇ, ਇੱਕ ਵਿਚਾਰੀ, ਉਹਦੇ ਨਾਲ ਗੱਲ ਕਰੀ ਉਹਨੇ। ਫਿਰ ਉਹਨੇ ਕਿ ਸੈਂਟਰ ਵਾਲਿਆਂ ਨਾਲ ਗੱਲ ਕਰ ਲਈ ਜੀ, ਵੀ ਹਾਂ ਨਸ਼ਾ ਪੂਰਾ ਜਣੀ ਪਤਾ ਕਰ ਲਿਆ ਵੀ ਹਾਂ ਚਿੱਟਾ ਲਾਉਂਦਾ ਜੀ। ਫਿਰ ਮੇਰੀ ਭੈਣ ਨੇ ਸੈਂਟਰ 'ਚ ਚੁਕਾਤਾ ਜੀ, ਉੱਥੇ ਰੱਖਿਆ ਜੀ 8 ਮਹੀਨੇ। 8 ਮਹੀਨਿਆਂ ਬਾਅਦ ਉਹ ਫਿਰ ਛੁਡਾ ਲਿਆਂਦਾ, 2 ਜਵਾਕੜੀਆਂ ਜੀ ਉਹਦੀਆਂ, ਇੱਕ ਬਹੂ ਉਹਦੀ, ਉਹਨੂੰ ਬਹੂ ਨੂੰ ਵੀ ਨਾਲ ਲੈ ਗਈ ਸੀ ਉੱਥੇ, ਉਹ ਵੀ ਆ ਜਾ ਵੀ ਸ਼ਾਹ ਵੀ ਸੁਧਰ ਜੇ ਜੇ, ਦੋਨਾਂ ਨੂੰ ਲੈ ਗਈ ਸੀ ਉੱਥੇ। ਉੱਥੋਂ ਫਿਰ ਭੱਜਿਆ ਆ, ਕਹਿੰਦਾ ਮੈਂ ਰਹਿਣਾ ਨਹੀਂ ਇੱਥੇ, ਪਿੰਡ ਜਾਣਾ ਗਾ, ਮੇਰੀ ਮਾਂ ਕੋਲ ਜਾਣਾ ਵਾ। ਮਾਂ ਨੂੰ ਵੀ ਲੈ ਕੇ ਜਾਂਦੇ ਸੀ, ਮਾਂ ਸਾਡੀ ਜਾਂਦੀ ਨਹੀਂ ਸੀ, ਕਹਿੰਦੀ ਮੈਂ ਤਾਂ ਇੱਥੇ ਰਹਿਣਾ ਗਾ। ਚਲੋ ਬਾਗੇ ਉੱਥੋਂ ਫਿਰ ਭੱਜਿਆ ਆ, ਉਹਦੀ ਘਰ ਵਾਲੀ ਤਾਂ ਕਹਿੰਦੀ ਵੀ ਹੁਣ ਕੀ ਕਰੀ, ਦੁਖੀ ਹੋਈ ਵੀ ਉਹ ਕਹਿੰਦੀ ਤੂੰ ਜਾ ਮੈਂ ਤਾਂ ਜਾਣਾ ਨਹੀਂ ਗਾ। ਚਲੋ ਫਿਰ ਆ ਗਈ ਉਹਦੇ ਮਗਰ, ਫਿਰ ਆ ਗਈ ਵੀ ਚੱਲ ਗਿਆ ਵਾ ਉਹ, ਚੱਲ ਮੈਂ ਜਾਵਾਂ। ਫਿਰ ਆ ਗਿਆ ਇੱਥੇ ਆ ਕੇ ਸੁਧਰਿਆ ਨਹੀਂ ਗਾ, ਚਾਹ ਰੇਹੜੀ ਲੈ ਕੇ ਦੇਤੀ ਮੇਰੀਆਂ ਭੈਣਾਂ ਨੂੰ, ਕਹਿੰਦਾ ਮੈਂ ਰੇਹੜੀ ਲਾਊਂਗਾ, ਮੈਂ ਸਬਜ਼ੀ ਵੇਚਦਾ ਆਪ। ਉਹਨੂੰ ਮੈਂ ਕਿਹਾ ਵੀ ਸਬਜ਼ੀ ਵੇਚਣ ਲੱਗ ਜਾ ਤੂੰ ਮੇਰੇ ਵਾਂਗੂ, ਤੂੰ ਜਿੱਥੇ ਮੈਂ ਤੁਰਿਆ ਫਿਰਦਾ ਗਲੀਆਂ 'ਚ ਤੂੰ ਤੁਰਿਆ ਫਿਰ, 200-300 ਰੁਪਏ ਦਿਹਾੜੀ ਬਣ ਜੂ, ਆਪਣਾ ਟਾਈਮ ਪਾਸ ਹੋ ਜਾ ਕਰੂ। ਉਹ ਕਹਿੰਦਾ ਮੈਂ ਇਹੋ ਜਿਹਾ ਕੰਮ ਕਰਨਾ ਨਹੀਂ ਗਾ ਬੇਕਾਰ, ਮੈਂ ਤਾਂ ਦੂਜਾ ਕੰਮ ਗੂੰਦ ਕਚੀਰੇ ਦਾ ਕੰਮ ਕਰਨਾ। ਚੱਲ ਮੈਂ ਆਪਦੀ ਭੈਣ ਨਾਲ ਗੱਲ ਕਰੀ, ਉਹ ਕਹਿੰਦੀ ਮੈਨੂੰ ਕਹਿੰਦੀ ਚੱਲ ਮੈਂ ਰੇਹੜੀ ਲੈ ਦਿੰਦੀ ਹਾਂ। ਮੇਰੀਆਂ ਭੈਣਾਂ ਰੇਹੜੀ ਲੈ ਕੇ ਦੇ ਗਈਆਂ ਬਾਈ, ਵਧੀਆ ਕੰਮ ਇੱਥੇ ਪਿੰਡ ਦੇ ਵਿੱਚ, ਵਧੀਆ 300-400 ਦਿਹਾੜੀ ਬਣਾਉਂਦਾ ਸੀਗਾ। ਸਾਡੇ ਇੱਥੇ ਲੁੱਕ ਪਲਾਟ ਬਣਦਾ ਬਾਈ, ਉੱਥੇ ਕੰਮ ਚੱਲਦਾ ਸੀਗਾ, ਗੱਡੀਆਂ ਗੁੱਡੀਆਂ ਆਉਂਦੀਆਂ ਸੀ, ਪਤਾ ਕਰ ਲਿਆ ਉਹਨੇ ਉੱਥੇ ਵੀ ਹਾਂ ਉੱਥੇ ਰੋਟੀ ਦਾ ਜਗਾੜ ਚਲਾ ਲਿਆ, ਰੋਟੀ ਫੜਾ ਕੇ ਹੁਣ ਜਾਇਆ ਕਰੇ ਉੱਥੋਂ ਡਰਾਈਵਰ ਬਾਈਆਂ ਤੋਂ, ਅਤੇ ਉਹ ਦਿਹਾੜੀ ਬਣਾ ਲਿਆ ਕਰੇ ਉੱਥੇ ਰੋਟੀ, ਮਿਹਨਤ ਸੀ ਉਹਦਾ ਬਾਈ ਕਰਦਾ ਸੀਗਾ। ਪੈਸੇ ਹੋਣ ਕਰਕੇ ਉਹਦੇ ਨਾਲ ਮਾੜੇ ਬੰਦੇ ਫੇਰ ਰੁੜ ਜੁੜ ਗਏ ਜੀ। ਜਦੋਂ ਮਾੜੇ ਬੰਦੇ ਜੁੜੇ ਵੇ
ਹੁਣ ਪੈਸੇ ਹੁਣ ਕਮਾਉਂਦਾ ਸੀਗਾ 200-400 ਰੁਪਇਆ ਘਰ ਵਾਲੀ ਨੂੰ ਫੜਾ ਦੇਣਾ ਹੱਥ ਨੇ ਤੜਕੇ ਫੇਰ ਲੈ ਜਾਣਾ ਇਹਨੇ ਤਾਂ ਫਿਰ ਪੁੱਛਣਾ ਹੀ ਸੀ ਬਾਈ ਵੀ ਤੈਨੂੰ ਕਰਦਾ ਗਿਆ ਸਾਰੀ ਦਿਹਾੜੀ ਤਾਂ ਧੱਕੇ ਖਾਂਦਾ ਗਾ ਨਾ ਤੂੰ ਉੱਥੇ ਰੋਟੀ ਖਵਾ ਕੇ ਆਉਣਾ ਗਾ ਪੈਸੇ ਤੇਰੇ ਜਾਂਦੇ ਕਿੱਥੇ ਆ ਜੇ ਐਂ ਕਹਿੰਦਾ ਫਿਰ ਕਲੇਸ਼ ਪਾ ਲੈਂਦਾ ਕਲੇਸ਼ ਪਾਇਆ ਵਾ ਫਿਰ ਜਦੋਂ ਕੁਛ ਦੇਣਾ ਹੀ ਨਹੀਂ ਬਾਈ ਭੁੱਖੇ ਮਰਨਾ ਫਿਰ ਕੀ ਕਰੇ ਵੀ ਉੱਠ ਗਈ ਫਿਰ ਰੱਖ ਕੇ ਬਾਗੀ ਇਹ ਕਹਿੰਦੀ ਤੂੰ ਐਂ ਕਰਨਾ ਨਾ ਫਿਰ ਮੈਂ ਜਾਂਦੀ ਹਾਂ ਫਿਰ ਉਦੋਂ ਬਾਅਦ ਰੇੜੀ ਵੀ ਵੇਚਤੀ ਮੈਨੂੰ ਦੱਸਿਆ ਕਿ ਇੰਨੇ ਮੈਂ ਵੀ ਜਿਸ ਦਿਨ ਘਟਨਾ ਹੁੰਦੀ ਆ ਉਸ ਦਿਨ ਮਤਲਬ ਕਿੱਥੇ ਕਿੱਥੋਂ ਨਸ਼ਾ ਲਿਆ ਅਤੇ ਕਿੱਥੇ ਮਿਲਦੇ ਆ ਬਾਈ ਐਂ ਨਹੀਂ ਸਾਨੂੰ ਪਤਾ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਉਹਨੇ ਪਰ ਜਾਣੀ ਕਿ ਇਹ ਮੈਂ ਤਾਂ ਉਹਨੂੰ ਹੱਥ ਨੇ ਚੱਕਿਆ ਤੜਕ ਘਰੋਂ ਅੱਛਾ ਘਰੇ ਸੀ ਹਾਂ ਘਰੇ ਕੋਈ ਨਹੀਂ ਸੀਗਾ ਘਰੇ ਮੇਰੀ ਮਾਤਾ ਸੀ ਇਹਨੂੰ ਕੁਛ ਪਤਾ ਨਹੀਂ ਲੱਗਦਾ ਇਹਦੀ ਹੋ ਗਈ ਬੁੱਧੀ ਭ੍ਰਿਸ਼ਟ ਬਾਈ ਹੁਣ ਇੱਕ ਤਾਂ ਮੇਰਾ ਪਿਓ ਮਰ ਗਿਆ ਪਹਿਲਾਂ ਕੁਛ ਤਾਂ ਉਦੋਂ ਦੀ ਹੋਇਆ ਕੁਛ ਹੁਣ ਇਹ ਪੁੱਤ ਮਰ ਗਿਆ ਇਹਨੂੰ ਤਾਂ ਘਰ ਦਾ ਨਹੀਂ ਪਤਾ ਲੱਗਦਾ ਕਿੱਥੇ ਬੈਠੀ ਹਾਂ ਕਿੱਥੇ ਨਹੀਂ ਇਹਨੂੰ ਤਾਂ ਕੋਈ ਪਤਾ ਘਰੇ ਸੀਗਾ ਬਾਹਰ ਘਰੇ ਕੋਈ ਨਹੀਂ ਸੀਗਾ ਇਕੱਲੀ ਮਾਤਾ ਨੂੰ ਪਤਾ ਲੱਗਿਆ ਪਹਿਲਾਂ ਮੈਂ ਮਾਤਾ ਮੇਰੀ ਮੇਰੇ ਇੰਨੀ ਵੱਗ ਗਈ ਸੀ ਉੱਧਰ ਰਹਿੰਦਾ ਮੈਂ ਉੱਧਰ ਪਈ ਸੀਗੀ ਫਿਰ ਉੱਧਰੋਂ ਮੈਂ ਸਬਜ਼ੀ ਵੇਚਣ ਵੱਗ ਗਿਆ ਇਹ ਆ ਗਈ ਘਰੇ ਮੈਂ ਸਬਜ਼ੀ ਵੇਚ ਕੇ ਜਦੋਂ ਆਇਆ ਸਾਡੇ ਬਾਹਰ 'ਚ ਬਾਈ ਮੁੰਡੇ ਖੜ੍ਹੇ ਸੀਗੇ ਜਦੋਂ ਮੁੰਡੇ ਖੜ੍ਹੇ ਮੈਨੂੰ ਕਹਿੰਦੇ ਵੀ ਤੇਰੇ ਭਰਾ ਨੂੰ ਕੁਛ ਉਲਟੀਆਂ ਕਰੀ ਜਾਂਦਾ ਵੀ ਉਹਨੂੰ ਦੇਖ ਜਦੋਂ ਮੈਂ ਆ ਕੇ ਦੇਖਿਆ ਵੀ ਮੈਂ ਕੀ ਹੋ ਗਿਆ ਗੋਰੇ ਮੈਨੂੰ ਕਹਿੰਦਾ ਬਾਈ ਮੇਰੇ ਟੀਕਾ ਗਲਤ ਲੱਗ ਗਿਆ ਮੈਂ ਦੱਸ ਤਾਂ ਇਹ ਕੀ ਲਾ ਲਿਆ ਮੈਨੂੰ ਕਹਿੰਦਾ ਬਾਈ ਮੈਂ ਚਿੱਟੇ ਦੇ ਭੁਲੇਖੇ ਕਹਿੰਦਾ ਮੈਂ ਦਵਾਈ ਦਾ ਟੀਕਾ ਲਾ ਗਿਆ ਉਹ ਮਖਾ ਤੇਰਾ ਬੇੜਾ ਬਹਿ ਜੇ ਤੇਰਾ ਇਹ ਕੀ ਕਰ ਲਿਆ ਮੈਂ ਚੱਕਿਆ ਬਾਈ ਉਹਨੂੰ ਰੇੜੀ ਦੇ ਵਿੱਚ ਪਾਇਆ ਰੱਤੇ ਡਾਕਟਰ ਸਾਡੇ ਇੱਥੇ ਉਹਦੇ ਕੋਲ ਲੈ ਗਿਆ ਮੈਂ ਮੈਨੂੰ ਉਹਨੇ ਜਵਾਬ ਦਿੱਤਾ ਮੈਨੂੰ ਕਹਿੰਦਾ ਸਰਕਾਰੀ ਹਸਪਤਾਲ 'ਚ ਲੈ ਜਾ ਇਹਨੂੰ ਮੈਂ ਬਰਨਾਲੇ ਗਿਆ ਜੀ ਲੈ ਕੇ ਉੱਥੇ ਇੱਧਰ ਛੱਡਣਾ ਚੰਗਾ ਭਲਾ ਗੱਲਾਂ ਕਰਦਾ ਵੀ ਡਾਕਟਰਾਂ ਨੇ ਵੀ ਕਿਹਾ ਡਾਕਟਰਾਂ ਨੂੰ ਕਹਿੰਦਾ ਦੱਸਿਆ ਵੀ ਡਾਕਟਰ ਨੂੰ ਜਾ ਕੇ ਉਹਨੇ ਵੀ ਕਹਿੰਦੇ ਜੀ ਮੈਂ ਟੀਕਾ ਲਾ ਲਿਆ ਜੀ ਆਪਦੇ ਜ਼ਹਿਰ ਵਾਲਾ ਹਾਂ ਕੁਛ ਤਾਂ ਕਹਿੰਦਾ ਮੈਂ ਪੀ ਗਿਆ ਕੁਛ ਟੀਕਾ ਲਾ ਲਿਆ ਮਹਾ ਜਾ ਉਹ ਇਹ ਕਿਉਂ ਕੰਮ ਕਰਿਆ ਤੂੰ ਦੱਸਣਾ ਤਾਂ ਸੀਗਾ ਚਲੋ ਉੱਥੇ ਡਾਕਟਰਾਂ ਨੇ ਦਾਖਲ ਕਰਕੇ ਸਾਨੂੰ ਫਰੀਦਕੋਟ ਰੈਫਰ ਕਰਤਾ ਜੀ ਫਰੀਦਕੋਟ ਆਉਂਦੇ ਆਉਂਦੇ ਭਾਈ ਉਹਦੀ ਡੈਥ ਹੋ ਗਈ ਜੀ ਜਦੋਂ ਡੈਥ ਹੋ ਗਈ ਫਿਰ ਹੁਣ ਕੀ ਕਰੀਏ ਜੀ ਬਾਈ ਬਹੁਤ ਦੁਖੀ ਹੋਏ ਪਏ ਚਿੱਟੇ ਵਾਲਿਆਂ ਦੇ ਖਿਲਾਫ਼ ਬਾਈ ਹੁਣ ਕਿ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਹੁਣ ਕਰੋਨਾ ਸੀ ਦੇਖ ਲਓ ਕਰੋਨਾ ਵੇਲੇ ਮੱਖੀ ਨਹੀਂ ਫਰਕੀ ਫਰਕੀ ਆ ਤੁਸੀਂ ਆਪ ਹੀ ਦੱਸ ਦਿਓ ਹੁਣ ਉੱਥੇ ਧਰਨਾ ਲੱਗਿਆ ਵੀ ਕਿਸਾਨਾਂ ਨੂੰ ਲੰਘਣ ਦਿੱਤਾ ਪਰਲੇ ਪਾਸੇ ਸਰਕਾਰ ਕਰਨ ਨੂੰ ਕੀ ਨਹੀਂ ਕਰ ਸਕਦੀ ਬਾਈ ਯਾਰ ਜੇ ਕੋਈ ਸੱਚ ਦੀ ਆਵਾਜ਼ ਉਠਾਉਂਦਾ ਉਹਦਾ ਗਲ ਫੜ ਲੈਂਦੇ ਆ ਹੁਣ ਕਹਿੰਦੇ ਆ ਬੈਠਰ ਹੈ ਬਾਈ ਜਾਣ ਕੇ ਜੇ ਕੋਈ ਸੱਚ ਦਾ ਸਾਥ ਦਿੰਦਾ ਅਤੇ ਉਹਦਾ ਬਾਈ ਬਣ ਕੇ ਸਾਥ ਦਿਓ ਯਾਰ ਆਪਾਂ ਆਪ ਰਲ ਕੇ ਉੱਠਾਂਗੇ ਮੇਰਾ ਭਰਾ ਤੁਰ ਗਿਆ ਇੱਥੋਂ ਖਬਰਾਂ ਕਿੰਨਾ ਕੁ ਦੇ ਧੀਆਂ ਲੱਗੀਆਂ ਪਈਆਂ ਬਾਈ ਪੁੱਤ ਲੱਗੇ ਪਏ ਆ ਬਾਈ ਇਹਦਾ ਤਾਂ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਹੋਰ ਕੋਈ ਗੱਲਬਾਤ ਹੋ ਜੇ ਮਿੰਟ 'ਚ ਆ ਜਾਂਦੇ ਆ ਮਿੰਟ 'ਚ ਕੰਟਰੋਲ ਹੋ ਜਾਂਦੀ ਹੈ ਜੀ ਅੱਗ ਲੱਗ ਜੇ ਮਿੰਟ 'ਚ ਕੰਟਰੋਲ ਹੋ ਜੂਗੀ ਪਾਣੀ ਟੁੱਟ ਜੇ ਮਿੰਟ 'ਚ ਕੰਟਰੋਲ ਹੋ ਜੂਗਾ ਪਰ ਇਹ ਚੀਜ਼ 'ਤੇ ਕਿਉਂ ਨਹੀਂ ਕੰਟਰੋਲ ਹੋਇਆ ਲੋਕਾਂ ਦੇ ਪੁੱਤਾਂ 'ਤੇ ਅਰਥੀਆਂ 'ਤੇ ਕਿਉਂ ਨਹੀਂ ਕੰਟਰੋਲ ਹੁੰਦਾ ਭਰਾ ਨੂੰ ਗੋਦੀ ਚੱਕ ਕੇ ਖੜਾਉਂਦਾ ਮੋਢਿਆਂ 'ਤੇ ਲਾਸ਼ ਲੈ ਕੇ ਜਾਂਦਾ ਫਿਰ ਉਦੋਂ ਪਤਾ ਲੱਗਦਾ ਬਾਈ ਇਹ ਕਿਉਂ ਬਾਈ ਜੇ ਝੂਠ ਨੂੰ ਕਿਉਂ ਅੱਗੇ ਕੀਤਾ ਅਤੇ ਸੱਚ ਨੂੰ ਦੱਬੀ ਜਾਂਦੇ ਆ ਆਹ ਬਾਈ ਕਲਕੱਤੇ ਵਰਗੇ ਜੇ ਕੋਈ ਮਦਦ ਕਰਦਾ ਗਾ ਤਾਂ ਨਹੀਂ ਕੋਈ ਕੁਛ ਕਰਨ ਦਿੰਦੇ ਜੇ ਕਿੰਨੇ ਸਾਲ ਛੋਟਾ ਸੀ ਭਾਈ ਤੁਹਾਡਾ ਮਿੱਥੋਂ ਤਾਂ ਜੀ ਮਿਲਾ ਸੀਗਾ ਜੀ 8-9 ਸਾਲ ਛੋਟਾ ਸੀਗਾ ਜੀ ਹਾਂਜੀ ਕੰਮ ਵਧੀਆ ਕਰਦਾ ਸੀਗਾ ਜੀ ਮੈਂ ਤਾਂ ਫਿਰ ਅੱਡ ਵੱਗ ਗਿਆ ਸੀ ਵਿਆਹ ਹੋ ਗਿਆ ਜਦੋਂ ਮੈਂ ਤਾਂ ਅੱਡ ਵੱਗ ਗਿਆ ਜੀ ਮੇਰਾ ਪਿਓ ਵੀ ਜਿਉਂਦਾ ਸੀ ਪਿਓ ਅੱਡ ਕਰ ਗਿਆ ਜੀ ਸਾਨੂੰ ਹਾਂ ਇਹ ਨਹੀਂ ਕਿ ਮੇਰੀ ਬੇਨਤੀ ਆ ਬਾਈ ਬਣ ਕੇ ਸੱਚ ਦਾ ਸਾਥ ਦੇ ਦਿਓ ਸੱਚ ਹੈਗੀ ਤਲਵਾਰ ਅਤੇ ਝੂਠ ਦਾ ਤੁਹਾਨੂੰ ਪਤਾ ਹੀ ਆ ਫੁੱਲਾਂ ਦੇ ਹਾਰ ਆ ਝੂਠਾਂ ਦੇ ਤਾਂ ਝੂਠ ਬੋਲਾਂਗੇ ਹੁਣ ਲੀਡਰ ਆਉਂਦੇ ਆ ਝੂਠ ਬੋਲ ਜਾਂਦੇ ਆਪਾਂ ਫੁੱਲ ਛੱਡਦੇ ਹਾਂ ਵੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੇ ਸੱਚ ਬੋਲਾਂਗੇ ਸੱਚ ਦੇ ਤਲਵਾਰ ਲੌਂਕਦੀ ਆ ਬਈ ਸਿਰ 'ਤੇ ਤੁਹਾਨੂੰ ਪਤਾ ਹੀ ਆ ਜੇ ਸੱਚ ਬੋਲਤਾ ਤਾਂ ਵੱਜ ਗਿਆ ਤਕੜਾ ਬੰਦਾ ਢਾਲ ਵਾਲੀ ਰੋਕ ਸਕਦਾ ਕੋਈ ਉੱਥੇ ਤੁਹਾਨੂੰ ਪਤਾ ਹੀ ਆ ਹੁਣ ਫਿਰ
ਇਸ ਕਰਕੇ ਹੱਥ ਬੰਨ ਕੇ ਬੇਨਤੀ ਆ। ਸਰਪੰਚ ਸਾਹਿਬ ਕਿਵੇਂ ਦੇਖਦੇ ਹੋ, ਸਰਕਾਰਾਂ ਬਦਲ ਗਈਆਂ, ਹਰ ਇੱਕ ਨੇ ਵਾਅਦਾ ਕੀਤਾ, ਪਰ ਚਿੱਟਾ ਕਿਉਂ ਨਹੀਂ ਰੋਕ ਰਿਹਾ? ਬਹੁਤ ਕੁਝ ਰੋਕ ਲੈਂਦੇ ਆ, ਕਦੇ ਕੁਝ ਕਦੇ ਕੁਝ, ਚਿੱਟਾ ਕਿਉਂ ਨਹੀਂ ਰੋਕ ਰਿਹਾ? ਇੰਨਾ ਸਮਾਂ ਹੋ ਗਿਆ। ਇਮਤਿਆਜ਼ ਜੀ, ਬੜੀ ਡੂੰਘੀ ਸਾਜਿਸ਼ ਆ ਇਹ। ਦੇਖੋ, ਤਿੰਨ ਸਰਕਾਰਾਂ ਬਣੀਆਂ ਨਸ਼ੇ ਦੇ ਮੁੱਦੇ 'ਤੇ, ਅਕਾਲੀ ਦਲ, ਕਾਂਗਰਸ, ਫਿਰ ਆਮ ਆਦਮੀ ਪਾਰਟੀ, ਪਰ ਤਿੰਨੇ ਸਰਕਾਰਾਂ ਫੇਲ ਰਹੀਆਂ। ਸੋ ਇਹ ਜਿਹੜਾ ਹੈਗਾ, ਇਹ ਜੈਨੋਸਾਈਡ ਆ, ਇਹ ਨੈਸ਼ਨਲ ਪੋਲਿਸੀ ਆ ਜਿਸ ਨੂੰ ਸਰਕਾਰਾਂ, ਪੰਜਾਬ ਦੀ ਸਰਕਾਰ ਫੋਲੋ ਕਰਦੀ ਆ। ਦੇਖੋ, ਮੈਂ ਸ਼ੁਰੂ ਤੋਂ ਇਹ ਗੱਲ ਪਿੱਟ ਰਿਹਾ, ਹਰੇਕ ਚੈਨਲ 'ਤੇ ਮੈਂ ਇਹ ਗੱਲ ਕਹੀ ਆ ਵੀ ਸਿੱਖ ਨਾ ਤਾਂ ਗੋਲੀ ਨਾਲ ਮਰੇ, ਨਾ ਬੰਬ ਨਾਲ ਮਰੇ। ਕਿੰਨੇ ਕਦੋਂ ਤੋਂ ਅਸੀਂ ਸ਼ਹੀਦੀਆਂ ਦਿੰਦੇ ਆ ਰਹੇ ਹਾਂ, ਅਸੀਂ ਬੰਦ ਬੰਦ ਕਟਾਉਣ ਵਾਲੀ ਕੌਮ, ਅਸੀਂ ਖੋਪੜੀਆਂ ਲਹਾਉਣ ਵਾਲੀ ਕੌਮ, ਮਰੇ ਨਹੀਂ ਅਸੀਂ, ਅਸੀਂ ਗੋਲੀਆਂ ਖਾਧੀਆਂ ਬਾਰਡਰ 'ਤੇ, ਮਰੇ ਨਹੀਂ ਅਸੀਂ। 65 ਦੀ ਜੰਗ ਲਾ ਲਓ, 61 ਦੀ ਜੰਗ ਲਾ ਲਓ, 71 ਦੀ ਜੰਗ ਲਾ ਲਓ, ਅਸੀਂ ਮਰੇ ਨਹੀਂ, ਅਸੀਂ ਉੱਭਰ ਕੇ ਸਾਹਮਣੇ ਆਏ। 84 ਹੋਇਆ, ਹੋਰ ਕਿੰਨੇ ਘੱਲੂ ਘਾਰੇ ਹੋਏ, ਅਸੀਂ ਉੱਭਰ ਕੇ ਸਾਹਮਣੇ ਆਏ। ਪਰ ਜਿਹੜੀ ਸਾਡੀ ਸ਼ਕਤੀ ਆ ਸਿੱਖ ਕੌਮ ਦੀ, ਇੱਕ ਵੱਖਰੀ ਕੌਮ ਆ, ਸਾਡੀ ਬੜੀ ਸ਼ਕਤੀ ਆ, ਅਸੀਂ ਆਵਾਜ਼ ਉਠਾਉਂਦੇ ਹਾਂ, ਜ਼ੁਰਮ ਦੇ ਖਿਲਾਫ ਆਵਾਜ਼ ਉਠਾਉਂਦੇ ਹਾਂ, ਅਤੇ ਇਹ ਸਰਕਾਰਾਂ ਨੂੰ ਮਨਜ਼ੂਰ ਨਹੀਂ। ਹੁਣ ਸਾਡੀ ਜ਼ਬਾਨੀ ਨੂੰ ਮਾਰਿਆ ਕਿਵੇਂ ਜਾਵੇ? ਸੋ ਸਰਕਾਰਾਂ ਕੋਲ ਹੋਰ ਨਾ ਤਾਂ ਹਥਿਆਰ ਨਾਲ, ਨਾ ਬੰਬ ਗੋਲੀ ਨਾਲ ਸਿੱਧੀ ਸਾਨੂੰ ਮਾਰ ਨਹੀਂ ਸਕਦੀ, ਸਾਨੂੰ ਇਹ ਜਿਹੜਾ ਨਸ਼ੇ ਨਾਲ ਅੱਜ ਮਾਰਨ ਲੱਗੀ ਆ। ਸੋ ਨਸ਼ੇ ਨਾਲ ਸਾਡੀ ਜ਼ਬਾਨੀ ਮਰ ਗਈ ਆ। ਸੋ ਇੰਨਾ ਐਡਾ ਨੁਕਸਾਨ ਤਾਂ ਸਾਡਾ ਜੰਗਾਂ ਵੇਲੇ ਨਹੀਂ ਹੋਇਆ। ਸੋ ਇਹ ਪਰਿਵਾਰ ਦਾ ਪਹਿਲਾਂ ਤਾਂ ਮੈਂ ਅੱਜ ਧੰਨਵਾਦ ਕਰਦਾ, ਇਹਨਾਂ ਦੀ ਹਿੰਮਤ ਦੀ ਦਾਦ ਦਿੰਦਾ ਵੀ ਇਹਨਾਂ ਨੇ ਮੰਨਿਆ ਤਾਂ ਸੀ ਵੀ ਪੁੱਤ ਸਾਡਾ ਚਿੱਟੇ ਨਾਲ ਮਰਿਆ। ਸਾਡੇ ਸੈਂਕੜੋ ਸਹਿਣੇ 'ਚ ਨੌਜਵਾਨਾਂ ਦੀ ਮੌਤ ਹੋ ਗਈ, ਇੰਨੇ ਨੌਜਵਾਨ ਮਰੇ ਆ, ਮੈਂ ਤੈਨੂੰ ਦੱਸ ਨਹੀਂ ਸਕਦਾ। ਪਰ ਕੋਈ ਪਰਿਵਾਰ ਸਾਹਮਣੇ ਨਹੀਂ ਆਇਆ ਵੀ ਮੇਰਾ ਪੁੱਤ ਨਸ਼ੇ ਨਾਲ ਮਰਿਆ। ਬਹੁਤ ਘਟਨਾਵਾਂ ਹੋਈਆਂ ਪਹਿਲਾਂ ਵੀ, ਮੈਂ ਕਹਿੰਦਾ ਤੁਸੀਂ ਸੋਚ ਹੀ ਨਹੀਂ ਸਕਦੇ ਇੰਨੀਆਂ ਘਟਨਾਵਾਂ ਹੋਈਆਂ। ਅਤੇ ਅਸੀਂ ਪਿੱਟੇ, ਅਸੀਂ ਕਿਹਾ ਮਾਪਿਆਂ ਨੂੰ, ਅਸੀਂ ਕਿਹਾ ਲੋਕਾਂ ਨੂੰ ਵੀ ਇਹ ਅੱਗ ਲੱਗ ਗਈ ਆ, ਇਹ ਲੱਗ ਗਈ ਅੱਗ, ਤੁਹਾਡੀ ਦੇਹਲੀ ਤੱਕ ਆਊਗੀ, ਹਰ ਦੇਹਲੀ ਤੱਕ ਇਹ ਅੱਗ ਅੱਜ ਪਹੁੰਚ ਰਹੀ ਆ। ਜੇ 15 ਤੋਂ 10 ਨੌਜਵਾਨ ਇਸ ਅੱਗ 'ਚ ਝੁਲਸੇ ਜਾਣ ਤਾਂ 5 ਕਿਵੇਂ ਬਚਣਗੇ? ਸੋ ਮੈਂ ਕਹਿਣਾ ਵੀ ਇਹ ਜਿਹੜਾ ਸਾਡਾ ਮੁੰਡਾ ਮਰਿਆ ਗੋਰਾ, ਇਹ ਕੋਈ ਕੁਦਰਤੀ ਮੌਤ ਨਹੀਂ, ਇਹ ਕਤਲ ਆ, ਇਹ ਕਤਲ ਸਰਕਾਰੀ ਕਤਲ ਆ, ਸਰਕਾਰ ਦੁਆਰਾ ਕੀਤਾ ਗਿਆ ਕਤਲ ਆ। ਸਾਡੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਆ। ਇਹ ਮੁੰਡੇ ਨੇ ਹੁਣ ਕਿਹਾ ਨਾ ਵੀ ਆਹ ਕਰੋਨਾ ਲੱਗ ਗਿਆ ਸੀ, ਚਿੜੀ ਨਹੀਂ ਫੜਕਣ ਦਿੱਤੀ ਯਾਰ, ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ, ਅੰਦਰ ਤਾੜਤੇ, ਠੀਕ ਆ, ਐਡਾ ਇਹਨਾਂ ਨੇ ਡਰਾਵਣਾ ਮਾਹੌਲ ਪੈਦਾ ਕਰਤਾ। ਸੋ ਨਸ਼ਾ ਕੀ ਚੀਜ਼ ਆ, ਕਿਉਂ ਨਹੀਂ ਬੰਦ ਕਰ ਸਕਦੇ ਬਈ? ਪਰ ਇਹ ਬੰਦ ਨਹੀਂ ਕਰਨਾ ਚਾਹੁੰਦੇ, ਨੈਸ਼ਨਲ ਪੋਲਿਸੀ ਆ ਵੀ ਸਿੱਖ ਕੌਮ ਨੂੰ ਨਸ਼ੇ ਦੁਆਰਾ ਖਤਮ ਕਰੋ, ਅਤੇ ਉਹ ਕਰ ਰਹੇ ਨੇ। ਸੋ ਇਹ ਜਿਹੜਾ ਅੱਜ ਮਰਿਆ ਮੁੰਡਾ, ਇਸ ਦੀ ਜ਼ਿੰਮੇਵਾਰ ਕੌਣ? ਕੋਈ ਜ਼ਿੰਮੇਵਾਰੀ ਲਊਗਾ? ਉਹ ਭਗਵੰਤ ਮਾਨ ਜ਼ਿੰਮੇਵਾਰੀ ਲਊਗਾ ਜੋ ਖੁਦ ਨਸ਼ੇ ਦਾ ਸੌਦਾਗਰ ਹੈ, ਖੁਦ ਨਸ਼ਾ ਕਰਦਾ, ਕਿੱਡੀਆਂ ਵੱਡੀਆਂ ਪੋਲਿਸੀਜ਼ ਲੈ ਕੇ ਆਇਆ ਨਸ਼ੇ ਦੇ ਹੱਕ ਵਿੱਚ, ਠੀਕ ਆ, ਆ ਲੈ ਕੇ ਆਇਆ ਨਾ ਐਕਸਾਈਜ਼ ਪੋਲਿਸੀ, ਅਰਵਿੰਦ ਕੇਜਰੀਵਾਲ ਜੇਲ੍ਹ ਬੈਠਾ, ਇਹੀ ਪੋਲਿਸੀ ਇਹਨੇ ਪੰਜਾਬ 'ਚ ਲਾਗੂ ਕਰਨੀ ਸੀ। ਸੋ ਨਸ਼ਾ ਮੈਂ ਅੱਜ ਨਾ ਤੁਹਾਡੇ ਮੂਹਰੇ ਪਹਿਲਾਂ ਵੀ ਮੈਂ ਇੱਕ ਟੋਕ ਕੇ ਕਹਿ ਚੁੱਕਿਆ, ਇੱਥੇ ਵੀ ਇੱਕ ਟੋਕ ਕੇ ਕਹਿਣਾ ਵੀ ਇਹ ਮੇਰੇ ਪਿੰਡ ਦਾ ਨੌਜਵਾਨ ਮਰਿਆ, ਸਰਪੰਚ ਹਾਂ ਮੈਂ ਇਸ ਪਿੰਡ ਦਾ, ਸੋ ਮੈਨੂੰ ਦੁੱਖ ਹੈ। ਪਰ ਇਹ ਮੁੰਡੇ ਨੇ ਮੈਨੂੰ ਜਿਸ ਦਿਨ ਡੈਥ ਹੋਈ ਉਸੇ ਦਿਨ ਸਵੇਰੇ ਫੋਨ ਕੀਤਾ, 6 ਦੇ ਕਰੀਬ, ਬਈ ਆਹ ਗੱਲ ਹੋ ਗਈ, ਨਸ਼ੇ ਨਾਲ ਮਰ ਗਿਆ। ਮੈਂ ਇਹ ਗੱਲ ਤੂੰ ਲੁਕਾਉਣੀ ਨਹੀਂ, ਲੋਕਾਂ ਨੂੰ ਦੱਸਣੀ ਆ, ਪਿੱਟਣਾ ਆਪਾਂ ਵੀ ਦੂਜੇ ਦਾ ਪੁੱਤ ਹੋਰ ਬਚ ਸਕੇ। ਸੋ ਆਹ ਬੈਠੀ ਆ ਸਾਡੀ ਭੈਣ, ਵਿਧਵਾ ਹੋ ਗਈ, ਆਹ ਇੱਕ ਛੋਟੀ ਬੱਚੀ ਆ, ਇੱਕ 9 ਦੀ ਬੱਚੀ ਆ। ਸੋ ਇਹ ਕਤਲਾਂ ਦਾ ਜ਼ਿੰਮੇਵਾਰ ਕੌਣ ਹੈ? ਆਹ 3 ਤਾਂ ਇਹ ਹੋ ਗਈਆਂ ਲੇਡੀਜ਼, 4 ਇਹ, ਇੱਕ ਜੀ ਪਿੱਛੇ 4 ਜਾਣੇ ਇਹ ਵੀ ਮਰ ਗਏ। ਇਹਨਾਂ ਦਾ ਜ਼ਿੰਮੇਵਾਰ ਸਰਕਾਰਾਂ ਜ਼ਿੰਮੇਵਾਰੀ ਲੈਣਗੀਆਂ, ਲਵੇ ਭਗਵੰਤ ਮਾਨ ਜ਼ਿੰਮੇਵਾਰੀ ਵੀ। ਪਿੰਡ ਦੀ ਗੱਲ ਕਰੀਏ, ਪਿੰਡ ਦੇ ਵਿੱਚ ਨਸ਼ਾ ਕਿੰਨਾ ਕੁ ਵਿਕਦਾ? ਜਿੰਨਾ ਦੇਖੋ ਹੋਰ ਜਗ੍ਹਾ ਵਿਕਦਾ, ਓਨਾ ਹੀ ਇੱਥੇ ਵਿਕਦਾ।
ਇਸ ਨਸ਼ੇ ਦੇ ਖਿਲਾਫ਼ ਮੈਂ ਪੰਚਾਇਤ ਬਣਨ ਸਾਰ ਮਤਾ ਪਾਤਾ ਸੀ। ਮੈਂ ਮਤਾ ਪਾਇਆ ਵੀ ਨਸ਼ੇ ਵਾਲੇ ਖਿਲਾਫ਼ ਪੰਚਾਇਤ ਦਾ ਨੁਮਾਇੰਦਾ ਕੋਈ ਥਾਣੇ ਨਹੀਂ ਜਾਊਗਾ, ਅਤੇ ਮੈਂ ਸਹੁੰ ਚੱਕਦਾ ਵੀ ਮੈਂ ਕਿਸੇ ਨਸ਼ੇ ਵਾਲੇ ਦੇ ਹੱਕ ਵਿੱਚ ਥਾਣੇ ਅੱਜ ਤੱਕ ਗਿਆ ਹਾਂ ਤਾਂ ਮੈਨੂੰ ਕੰਨ ਫੜ ਕੇ ਥੋੜ੍ਹਾ ਮਤੇ ਪਾਏ। ਸਭ ਤੋਂ ਵੱਡੀ ਕਾਰਵਾਈ, ਲੋਕਾਂ ਨੇ ਕਿਹਾ ਵੀ ਤੇਰਾ ਇੱਕ ਪੰਚ ਦਾ ਪਰਿਵਾਰ ਨਸ਼ਾ ਵੇਖਦਾ, ਅਤੇ ਉਸ ਨੂੰ ਚਿੱਠੀ ਕੱਢ ਦਿੱਤੀ ਗਈ। ਉਹ ਮੇਰੀ ਪੰਚਾਇਤ ਤੋਂ ਤਾਂ ਵੱਖ ਹੋ ਗਿਆ, ਹੋ ਜਾਣ ਦੇ, ਪੰਚਾਇਤ ਟੁੱਟ ਵੀ ਜਾਂਦੀ ਫਿਰ ਕੀ ਸੀ, ਪਰ ਆਪਦਾ ਧਰਮ ਨਿਭਾਇਆ। ਨਸ਼ੇ ਦੇ ਖਿਲਾਫ਼ ਮੈਂ ਬੋਲ ਰਿਹਾ, ਹਿੱਕ ਡਾਹ ਕੇ ਬੋਲ ਰਿਹਾ। ਉਹ ਮੈਂ ਕਹਿਣਾ ਜ਼ਾਲਮ ਸਰਕਾਰਾਂ ਨੂੰ ਵੀ ਅਸੀਂ ਬੈਠੇ ਹਾਂ ਪੰਜਾਬ ਦੇ, ਜਾਂ ਸਾਡਾ ਬਲੱਡ ਟੈਸਟ ਕਰਾਓ। ਸਾਲ ਪਹਿਲਾਂ ਕੀ ਖਾਧਾ, 2 ਸਾਲ ਪਹਿਲਾਂ ਕੀ ਖਾਧਾ ਇਹੋ ਜਿਹੇ ਟੈਸਟ, 5 ਸਾਲ ਪਹਿਲਾਂ ਕੀ ਖਾਧਾ ਸਾਦਾ, ਸਾਡਾ ਜੇ ਬੀਅਰ ਦਾ ਕਤਰਾ ਆ ਜੇ, ਸ਼ਰਾਬ ਦਾ ਕਤਰਾ ਆ ਜੇ, ਤਾਂ ਗੱਲ ਲਹਾ ਦਿਆਂਗੇ। ਅਸੀਂ ਨਸ਼ੇ ਦੇ ਖਿਲਾਫ਼ ਤਾਂ ਗੱਲ ਕਰਦੇ ਹਾਂ, ਇੱਕ ਡਾਹ ਕੇ ਗੱਲ ਕਰਦੇ ਹਾਂ। ਆ ਜਿਹੜੇ ਆ ਸੱਥਰਾਂ 'ਚ ਵਿਸੇ ਵੇ ਨੇ, ਇਹ ਸਰਕਾਰਾਂ ਨੂੰ ਦੀਂਦੇ ਨਹੀਂ। ਇਹ ਅੱਗ ਪਰਮਾਤਮਾ ਕਰੇ ਉਹਨਾਂ ਦੇ ਘਰੇ ਜਾਵੇ, ਠੀਕ ਆ, ਫਿਰ ਪਤਾ ਲੱਗੇ ਇਹਨਾਂ ਦਾ ਕੋਈ ਪੁੱਤ ਮਰਿਆ ਨਸ਼ੇ ਨਾਲ। ਨਸ਼ੇ 'ਤੇ ਕੰਟਰੋਲ ਨਹੀਂ ਕਰ ਸਕਦੇ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸ਼ਕਤੀ ਹਿੰਦੁਸਤਾਨ, ਐਡੀ ਵੱਡੀ ਫੌਜ, ਆ ਤਾਂ ਡਿਬਰੂਗੜ੍ਹ ਤਾਂ ਇਹਨਾਂ ਨੂੰ ਉਦੋਂ ਹੀ ਦਿਖ ਜਾਂਦਾ। ਜਿਹੜੇ ਨੌਜਵਾਨ ਨਸ਼ੇ ਦੇ ਖਿਲਾਫ਼ ਲੜਦੇ ਨੇ ਉਹ ਮਾਰਿਆ ਅੱਜ ਅੰਮ੍ਰਿਤਪਾਲ ਵਰਗੇ। ਸੋ ਇਹ ਜ਼ਿੰਮੇਵਾਰ, ਇਸ ਕਤਲ ਹੈ, ਕਤਲ, ਇਹ ਕਤਲ ਹੋ ਰਿਹਾ ਸਾਡੇ ਨੌਜਵਾਨਾਂ ਦੇ। ਕੋਈ ਕੁਦਰਤੀ ਮੌਤ ਨਹੀਂ, ਇਹ ਸੋਚੀ ਸਮਝੀ ਸਾਜਿਸ਼ ਨਾਲ ਕਤਲ ਹੋ ਰਿਹਾ, ਚਾਹੇ ਕਾਂਗਰਸ ਵੇਲੇ ਹੋਏ, ਚਾਹੇ ਅਕਾਲੀ ਦਲ ਵੇਲੇ ਹੋਏ। ਹੁਣ ਤਾਂ ਇੰਤਹਾ ਹੋ ਗਈ। ਤੁਸੀਂ ਆਹ ਦੱਸੋ ਵੀ ਇਹ ਮਜ਼ਦੂਰ ਦਾ ਪੋਤਾ ਜਿਹੜਾ ਨਸ਼ੇ ਨਾਲ ਮਰਿਆ। ਮਜ਼ਦੂਰ ਨੇ ਇੱਕ ਨੈਸ਼ਨ ਬਿਲਡ ਕਰਨਾ ਹੁੰਦਾ, ਕਿਸ ਤਰ੍ਹਾਂ, ਉਸਾਰੀ ਨਹੀਂ, ਇਨਫਰਾਸਟ੍ਰਕਚਰ, ਘਰ ਬਣਾਉਣੇ ਨੇ। ਮਜ਼ਦੂਰ ਵਰਗੀ ਇਹ ਚੀਜ਼ ਖਾਣ ਲੱਗ ਜੂ, ਫਿਰ ਅਸੀਂ ਕਿੱਥੇ ਬਚੇ, ਫਿਰ ਅਸੀਂ ਕਿੱਥੇ ਬਚੇ, ਦੱਸ ਦਿਉ। ਮਜ਼ਦੂਰਾਂ ਦੇ ਘਰ 'ਚ ਇਹ ਚੀਜ਼ ਬਾੜਤੀ, ਅਤੇ ਇਹਨਾਂ ਨੂੰ ਕਹਿੰਦੇ ਆ ਫੜਾਓ। ਅਤੇ ਜਾਂ ਤਾਂ ਤੁਸੀਂ ਪੰਚਾਇਤਾਂ ਦੀ ਜ਼ਿੰਮੇਵਾਰੀ ਲਾ ਦਿਉ ਨਾ, ਵੀ ਸਰਪੰਚ ਦਾ ਸਰ ਕਲਮ ਕਰ ਦਿਆਂਗੇ ਜਿਹੜੇ ਪਿੰਡ ਨਸ਼ਾ ਵਿਕਦਾ ਹੋਇਆ। ਜਾਂ ਤਾਂ ਸਰਪੰਚ ਜੀ ਨੂੰ ਫੜਾਉਂਦਾ ਫੜੋ, ਜਾਂ ਤਾਂ ਸਰਪੰਚ ਨੂੰ ਅਧਿਕਾਰ ਦਿਓ ਵੀ ਉਹ ਪਰਚਾ ਦਰਜ ਕਰ ਸਕਦਾ ਹੋਵੇ ਜਿਵੇਂ ਪੁਲਿਸ ਕਰਦੀ ਹੈ, ਠੀਕ ਆ। ਆਹ ਮੈਂ ਆਮ ਆਦਮੀ ਦੇ ਵਰਕਰਾਂ ਨੂੰ ਕਹਿਣਾ, ਮੈਂ ਤੁਹਾਡੇ ਜ਼ਰੀਏ ਇਹ ਸਿਰਫ ਵੋਟਾਂ ਦੇ ਕਰਕੇ ਅੱਜ ਨਸ਼ੇ ਬਾਜ਼ਾਂ ਨੂੰ ਵੀ ਜਾ ਕੇ ਸ਼ੈਲਟਰ ਦੇ ਰਿਹਾ ਥਾਣਿਆਂ 'ਚ। ਮੇਰੇ ਕੋਲ ਇਹ ਸਾਰੇ ਸਬੂਤ ਆ, ਨਸ਼ੇਬਾਜ਼ਾਂ ਨੂੰ ਛਡਾ ਕੇ ਲਿਆਉਂਦੇ ਆ ਉੱਥੋਂ ਥਾਣਿਆਂ 'ਚੋਂ ਹਰ ਇੱਕ ਦਾ। ਇਹ ਇਸ ਪਿੰਡ ਦੀ ਜਿਹਦੇ ਬਰਬਾਦੀ 'ਚ ਜਿਹੜੇ ਨਸ਼ੇਬਾਜ਼ ਨੇ ਹੱਥ ਇਹ ਬਰਬਾਦੀ ਕੀਤੀ ਆ ਸਾਡੇ ਨੌਜਵਾਨ ਦੀ, ਜਿਹੜੇ ਜਿਹੜਿਆਂ ਨੇ ਨਸ਼ਾ ਇੱਥੇ ਬਿੱਟਿਆ, ਹਰ ਇੱਕ ਦੀ ਤਸਵੀਰ ਪਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗਾ ਇਹ ਚੀਜ਼ਾਂ। ਸੋ ਮੈਂ ਤਾਂ ਚੁੱਪ ਕਰਕੇ ਬੈਠ ਨਹੀਂ ਸਕਦਾ, ਜ਼ਿੰਮੇਵਾਰੀ ਲਈ ਆ ਮੇਰੀ ਪਿੰਡ ਦੇ ਲੋਕਾਂ ਨੇ ਵੋਟ ਪਾ ਕੇ। ਮੈਂ ਬੋਲਣਾ ਗਾ, ਮੈਂ ਜਿਹੜੀ ਵੀ ਮਾੜੀ ਚੀਜ਼ ਆ ਉਸ ਦੇ ਖਿਲਾਫ਼ ਬੋਲੂੰਗਾ। ਇਹ ਸਭ ਤੋਂ ਵੱਡਾ ਭੁਗਤਿਆ ਕੀ ਨੇ, ਅੱਜ ਔਰਤਾਂ 'ਤੇ ਸਭ ਤੋਂ ਵੱਡਾ ਨਸ਼ੇ ਦੀ ਮਾਰ ਪੈਂਦੀ ਹੈ। ਆਹ ਦੇਖ ਲਓ, ਇੱਕ ਵਿਧਵਾ ਹੋ ਗਈ, 2 ਧੀਆਂ ਦੇ ਸਿਰ ਤੋਂ ਪਿਓ ਚੱਕਿਆ ਗਿਆ, 1 ਮਾਂ ਦਾ ਪੁੱਤ ਗਿਆ। ਸੋ ਭਗਵੰਤ ਮਾਨ ਨੂੰ ਇਹ ਦਿੰਦਾ ਨਹੀਂ, ਸਮੇਂ ਦੀਆਂ ਸਰਕਾਰਾਂ ਨੂੰ ਇਹ ਦਿੰਦਾ ਨਹੀਂ। ਮੈਂ ਇਮਤਿਆਜ਼ ਜੀ ਕਹਿਣਾ ਵੀ ਇਹਨਾਂ ਨੇ ਆਵਾਜ਼ ਉਠਾਈ, ਇਹਨਾਂ ਨੇ ਦੱਸਿਆ ਵੀ ਸਾਡਾ ਪੁੱਤ ਨਸ਼ੇ ਨਾਲ ਮਰਿਆ, ਪਰ ਮੈਨੂੰ ਦੱਸਿਆ ਇਹਨਾਂ ਨੇ ਕੋਈ ਨਹੀਂ, ਪਰ ਜ਼ਰੂਰ ਇਹਨਾਂ ਕੋਲ ਬੰਦੇ ਆਏ ਹੋਣਗੇ ਵੀ ਤੁਸੀਂ ਬੋਲਣਾ ਨਹੀਂ ਇਸ ਚੀਜ਼ ਦੇ ਖਿਲਾਫ਼, ਤੁਸੀਂ ਕਾਸਟ ਤੋਂ ਬੋਲੀ ਜਾਂਦੇ ਹੋ ਨਸ਼ੇ ਦੇ ਖਿਲਾਫ਼, ਐਂ ਲੋਕਾਂ ਦੇ ਮੂੰਹ ਬੰਦੇ ਆ ਘਰਾਂ 'ਚ ਆ ਕੇ। ਸੋ ਪੁਲਿਸ ਇਹਨੂੰ ਪੁੱਛਦੀ ਆ ਵੀ ਤੈਨੂੰ ਕਿਸੇ 'ਤੇ ਸ਼ੱਕ ਆ ਤਾਂ ਸਾਡਾ ਸਾਨੂੰ ਨੌਂ ਦੱਸ। ਹੁਣ ਇਹ ਕਿਹਦਾ ਨਾਂ ਦੱਸੇ, ਕਿਹਦਾ ਨਾਂ ਦੱਸੇ, ਇਹਨੇ ਡਾਂਗਾ ਖਾਣੀਆਂ ਉਹਨਾਂ ਤੋਂ, ਇਹਨੇ ਕਿਰਪਾਨਾਂ ਖਾਣੀਆਂ ਜਿਹਦਾ ਨਾਂ ਦੱਸੂਗਾ। ਇਹ ਸਾਡੀ ਜ਼ਿੰਮੇਵਾਰੀ ਆ ਨਾਂ ਦੱਸਣੀ, ਤੁਹਾਨੂੰ ਸਰਕਾਰਾਂ ਕਾਹਦੇ ਵਾਸਤੇ ਤਨਖਾਹਾਂ ਦਿੰਦੀਆਂ, ਇਹ ਤੁਹਾਡਾ, ਤੁਸੀਂ ਪਰਚਾ ਵੀ ਦਰਜ ਕਰ ਸਕਦੇ, ਤੁਸੀਂ ਸਾਰਾ ਕੁਛ ਦਰਜ ਕਰ ਸਕਦੇ, ਅਸੀਂ ਤਾਂ ਤੁਹਾਡੀ ਹੈਲਪ ਕਰ ਸਕਦੇ ਹਾਂ, ਪਿੰਡ ਵਾਲੇ ਤਾਂ ਤੁਹਾਡੀ ਮਦਦ ਕਰ ਸਕਦੇ, ਉਹ ਮਦਦ ਕਰਦੇ ਆ। ਸਮੇਂ ਸਮੇਂ 'ਤੇ ਅਸੀਂ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ। ਮੈਂ ਤੁਹਾਨੂੰ ਦੱਸਦਾ, ਜਿਹੜੀ ਝੋਟੇ ਨੇ ਕਾਰਵਾਈ ਕੀਤੀ ਹੈ ਨਾ, ਅੱਜ ਤੋਂ 5 ਸਾਲ ਪਹਿਲਾਂ ਮੈਂ ਪਿੰਡ 'ਚ ਕਾਰਵਾਈ ਵਿੱਢਤੀ ਸੀ। ਜਿਹੜਾ ਨਸ਼ਾ ਕਰਦਾ ਸੀ ਘਰੋਂ ਜਾ ਕੇ ਚੱਕ ਕੇ, ਕੁੱਟਮਾਰ ਤਾਂ ਚਲੋ ਹੁੰਦੀ ਸੀ, 76 ਪਲੇਟ ਫੜ ਕੇ ਪੁਲਿਸ ਨੂੰ ਫੜਾਉਂਦਾ ਸੀ।
ਤਾਂ ਸਮੇਂ ਦੇ SSP ਨੇ ਮੈਨੂੰ ਕਹਿਤਾ ਜੇ ਕਿਸੇ ਨਾਲ ਕਹਿੰਦਾ ਸੁਖਵਿੰਦਰ ਹੀਮਨਕੀਮ ਹੋ ਗਈ ਨਾ ਤੈਨੂੰ ਚੱਕ ਕੇ ਅੰਦਰ ਸਿੱਟੂ। ਸੋ ਕਿੰਨੇ ਸਰਪੰਚ ਮਾਰਤੇ ਜਿਹੜਾ ਨਸ਼ੇ ਦਾ ਵਿਰੋਧ ਕਰਦੇ ਸੀ, ਕਿੰਨੇ ਸਰਪੰਚਾਂ ਨੂੰ ਵੱਢਤਾ, ਵੱਢ ਟੁੱਕ ਕਰਤੀ। ਸੋ ਸਾਡੀ ਸੁਰੱਖਿਆ ਦਾ ਜਿਹੜਾ ਨਸ਼ੇ ਫੜਾਊਗਾ ਉਹ ਉਸਦੇ ਤਾਂ ਬੈਰੀ ਬਣ ਜਾਣਗੇ, ਪਰ ਮੈਂ ਕਹਿੰਦਾ ਬੈਰੀ ਬਣ ਜਾਣ, ਕੁਛ ਮਰਜ਼ੀ ਬਣ ਜਾਣ, ਅਸੀਂ ਆਪਦੇ ਧੀਆਂ ਪੁੱਤ ਬਚਾਉਣ ਵਾਸਤੇ ਸਾਨੂੰ ਉੱਠਣਾ ਪੈਣਾ, ਇਹ ਸਰਕਾਰਾਂ ਦੇ ਖਿਲਾਫ਼ ਲੜਨਾ ਪੈਣਾ, ਇਕੱਠੇ ਹੋ ਕੇ ਨਸ਼ੇ ਦਾ ਜਿਹੜਾ ਸਿਸਟਮ ਹੈ ਇਹ ਸਮਝਣਾ ਪੈਣਾ ਹੈ ਕਿ ਇਹ ਆਪਣੀ ਨੌਜਵਾਨੀ ਨੂੰ ਕਤਲ ਕਰਨ ਵਾਸਤੇ ਭੇਜਿਆ ਗਿਆ। ਇਹ ਪੰਜਾਬੀ ਕੌਮ ਅੜਦੀ ਆ, ਸੰਘਰਸ਼ਾਂ ਦੇ ਖਿਲਾਫ਼ ਖੜ੍ਹਦੀ ਆ, ਉੱਠਦੀ ਆ, ਸਿਰ ਚੱਕਦੀ ਆ, ਝੰਡੇ ਚੱਕਦੀ ਆ, ਅਤੇ ਇਹਨਾਂ ਨੂੰ ਨਸ਼ੇ ਨਾਲ ਖਤਮ ਕਰ ਦਿਓ। ਇਹਦਾ ਸਾਡੇ ਕੋਲ ਤੋੜ ਵੀ ਨਹੀਂ ਕੋਈ ਰਹਿਣਾ, ਨਸ਼ੇ ਦਾ ਸਾਡੇ ਕੋਲ ਤੋੜ ਨਹੀਂ ਰਹਿਣਾ। ਆਹ ਭੈਣ ਨੇ ਦੱਸਿਆ ਨਾ ਸਾਰਾ ਕੁਛ ਘਰ ਦਾ ਵੇਚਤਾ, ਠੀਕ ਆ, ਆਹ ਉਹਦੀ ਸਿਸਟਰ ਬੈਠੀ ਆ ਆਈ, ਠੀਕ ਆ, ਉਹ ਮਦਦ ਕਰਦੀ ਆ। ਹੁਣ ਮੈਂ ਤੁਹਾਡੇ ਜ਼ਰੀਏ ਬੇਨਤੀ ਕਰਦਾ, ਪੰਚਾਇਤ ਬਣੀਓ ਬੇਨਤੀ ਕਰਦਾ, ਪਰਿਵਾਰ ਬਣੀਓ, ਪਿੰਡ ਬਣੀਓ, ਵੀ ਇਹ ਸਰਕਾਰ 'ਚ ਜੇ ਥੋੜ੍ਹੀ ਵੀ ਸ਼ਰਮ ਹੈਗੀ ਤਾਂ ਇਸ ਪਰਿਵਾਰ ਨੂੰ ਨੌਕਰੀ ਦੇਵੇ, ਇਸ ਭੈਣ ਨੂੰ, ਠੀਕ ਆ, ਇਹਨਾਂ ਨੂੰ ਘੱਟੋ ਘੱਟ 10 ਲੱਖ ਰੁਪਇਆ ਮੁਆਵਜ਼ਾ ਦੇਵੇ ਬੱਚਿਆਂ ਨੂੰ। ਸੋ ਇਹ ਕਤਲ ਆ ਨਾ, ਇਹ ਜ਼ਿੰਮੇਵਾਰੀ ਕੌਣ ਲਊਗਾ? ਇੱਥੇ ਨਸ਼ਾ ਵਿਕ ਰਿਹਾ, ਅਸੀਂ ਇੱਥੇ ਨਸ਼ਾ ਵਿਕ ਰਿਹਾ, ਇਹਦੀ ਜ਼ਿੰਮੇਵਾਰੀ ਕੌਣ ਲਊਗਾ? ਇਹ ਕੋਈ ਤਾਂ ਜ਼ਿੰਮੇਵਾਰ ਹੈਗਾ, ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਹੀਂ? ਜੇ ਅਸੀਂ ਤੁਹਾਡੇ ਰਾਜ ਪ੍ਰਬੰਧ 'ਚ ਜਿਉਂ ਰਹੇ, ਅਸੀਂ ਤੁਹਾਨੂੰ ਵੋਟਾਂ ਪਾਈਆਂ, ਤੁਸੀਂ ਨਸ਼ਾ ਖਤਮ ਕਰੋਗੇ, ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਅਤੇ ਤੁਸੀਂ ਖਰੇ ਕਿੱਥੇ ਉਤਰੇ? ਅੱਜ ਜੇ ਇਹ ਚੀਜ਼ਾਂ ਬੋਲ ਰਹੇ ਹਾਂ ਉਹਨਾਂ ਨੂੰ ਅਸੀਂ ਕੌੜ ਤੁੰਬੇ ਲੱਗਾਂਗੇ, ਪਰ ਬੋਲਣ ਤਾਂ ਨਹੀਂ ਹਟਦੇ, ਕਿਉਂਕਿ ਸਾਡੇ ਪਿੰਡ ਦਾ ਸਵਾਲ ਆ, ਸਾਡੀ ਕੌਮ ਦਾ ਸਵਾਲ ਆ, ਸਾਡੇ ਨੌਜਵਾਨੀ ਦਾ ਸਵਾਲ ਆ। ਸੈਂਕੜੋ ਮੁੰਡੇ ਮਰੇ ਆ ਸਾਡੇ ਪਿੰਡ, ਬਹੁਤ ਜ਼ਿਆਦਾ ਮੁੰਡੇ ਮਰੇ ਆ, ਲੁਕੋ ਲਿਆ ਗਿਆ ਸਮੇਂ ਸਮੇਂ 'ਤੇ। ਸੋ ਇਹ ਵੀਰ ਨੇ ਮੈਨੂੰ ਸਵੇਰੇ ਫੋਨ ਕੀਤਾ, ਪਰਸੋਂ ਮੈਂ ਬਾਹਰ ਸੀਗਾ, ਅੱਜ ਮੈਂ ਆਇਆ ਤਾਂ ਤੁਹਾਨੂੰ ਬੁਲਾ ਕੇ ਦੱਸਿਆ ਵੀ ਇਹ ਦੱਸੋ ਪੰਜਾਬ 'ਚ ਇਹ ਗੱਲ ਜਾਣੀ ਚਾਹੀਦੀਆਂ ਨਾ, ਇਸ 'ਤੇ ਤਾਂ ਇਹ ਸਰਕਾਰ ਸ਼ਾਇਦ ਇਹਨਾਂ ਨੂੰ ਆ ਕੇ ਦਬਾ ਦਿੰਦੇ, ਕੱਲ੍ਹ ਨੂੰ ਕਹਿਣਗੇ ਵੀ ਕਿਉਂ ਮੀਡੀਆ ਮੂਹਰੇ ਆਏ, ਮੈਂ ਆਇਆ ਮੀਡੀਆ ਮੂਹਰੇ, ਮੇਰਾ ਕਰ ਲੈਣ ਕੀ ਕਰਦੇ ਆ, ਦੱਸਾਂਗੇ। ਅਤੇ ਇਹ ਸਾਡੇ ਪਿੰਡ ਦੀ ਗੱਲ ਆ, ਪੰਜਾਬ ਦੀ ਗੱਲ ਆ, ਅਤੇ ਤਾਂ ਬੋਲਣੀ ਪਊਗਾ, ਮਾਤਾਵਾਂ ਸਾਰੀਆਂ ਬੋਲਣ ਨੂੰ ਤਿਆਰ ਨੇ, ਨਸ਼ੇ ਦੇ ਖਿਲਾਫ਼ ਕੀ ਹੋ ਰਿਹਾ, ਕਰੋ ਗੱਲ। ਮਾਤਾ ਜੀ ਕੀ ਹਾਲਾਤ ਨੇ ਪਿੰਡ ਦੇ ਵਿੱਚ ਨਸ਼ੇ ਦੇ? ਜਿਵੇਂ ਆਹ ਮੌਤ ਹੋਈ ਹੈ, ਇੱਕ ਹੋਈ, ਇਸ ਤੋਂ ਪਹਿਲਾਂ ਕਿੰਨੇ ਕੁ ਮੌਤਾਂ ਹੋਈਆਂ ਪਿੰਡ? ਬਹੁਤ ਮੌਤਾਂ ਹੋ ਗਈਆਂ ਬੇਟੇ, ਪਿੰਡ ਖਾਲੀ ਹੋ ਗਏ ਸਾਡਾ ਨਸ਼ੇ ਦੇ ਖਿਲਾਫ਼। ਨਿੱਕੇ ਨਿੱਕੇ ਬੱਚੇ ਨਸ਼ਾ ਕਰਨ ਲਾਏ ਪਏ ਨੇ, 20-20 ਮੁੰਡੇ ਹੁੰਦੇ ਨੇ ਗੇ ਇੱਥੇ ਬੈਠੇ ਜਿਹੜੇ ਨਸ਼ਾ ਕਰਦੇ ਨੇ। ਅੱਛਾ ਜੀ, ਠੀਕ ਹੈ, ਸਰੇਆਮ ਜੀ ਸਰੇਆਮ, ਮਾਂ ਪਿਓ ਨੂੰ ਕੁੱਟ ਕੇ ਲੈ ਜਾਂਦੇ ਚੀਜ਼ਾਂ ਖੋ ਕੇ, ਮਾਂ ਪਿਓ ਤੋਂ ਚੀਜ਼ਾਂ ਖੋ ਕੇ ਲਿਜਾ ਕੇ ਨਸ਼ਾ ਕਰਦੇ ਨੇਗੇ। ਜੇ ਮਾਂ ਪਿਓ ਨਹੀਂ ਦਿੰਦਾ ਗਾ ਨਸ਼ੇ ਨੂੰ ਪੈਸੇ, ਤਾਂ ਮਾਂ ਪਿਓ ਨੂੰ ਜੂੜ ਲਾ ਲਾ ਕੇ ਸਿੱਟ ਜਾਂਦੇ ਨੇ। ਆਹ ਮਾਤਾ ਵੀ ਉਹਦੇ ਕੁੱਟੀ ਹੈ ਵਿਚਾਰੀ, ਢੋਲੀ ਵੇਚਣ ਜਾਂਦਾ ਸੀ ਸਿਲੰਡਰ ਵਾਲੀ। ਇਹ ਸਰਕਾਰ ਨੇ ਜਿਵੇਂ ਦਾਅਵਾ ਕੀਤਾ ਸੀਗਾ ਕਿ ਸਾਨੂੰ ਲੈ ਕੇ ਆਓ, ਅਸੀਂ ਖਤਮ ਕਰ ਦਿਆਂਗੇ ਕੁਝ ਹਫ਼ਤਿਆਂ ਵਿੱਚ, ਸਰਕਾਰ ਕੁਛ ਨਹੀਂ ਸਰ ਵੀਰ ਜੀ, ਸਾਡੇ ਕੋਈ ਨਹੀਂ ਸੁਣਦਾ, ਸਾਡੀ ਵੱਧ ਗਿਆ ਨਸ਼ਾ ਜੀ, ਵੱਧ ਗਿਆ। ਇਹ ਤਾਂ ਭੋਰਾ ਭੋਰਾ ਬੱਚਿਆਂ ਦੀ ਜ਼ਿੰਦਗੀਆਂ ਖਰਾਬ ਕਰੀ ਜਾਂਦੇ ਆ, ਸਰਕਾਰ ਕਾਹਦੀ ਆਈ ਹੈ? ਸਰਕਾਰ ਨੇ ਤਾਂ ਸਗੋਂ ਮਾਰ ਲਿਆ ਸਾਨੂੰ, ਹੈ ਨਾ, ਘਰ ਦੇ ਭਾਂਡੇ ਵੇਚ ਦਿੰਦੇ ਆ, ਜੋ ਆਕ ਘਰੋਂ ਕੁੱਟ ਕੇ ਮਾਵਾਂ ਤੋਂ ਪੈਸੇ ਲੈ ਜਾਂਦੇ ਆ, ਉਹ ਆਪਦੇ ਬੱਚਿਆਂ ਬਾਰੇ ਨਹੀਂ ਸੋਚਦੇ, ਉਹ ਆਪਦੀ ਜ਼ਿੰਦਗੀ ਬਾਰੇ ਸੋਚਦੇ ਆ, ਕਿਉਂ? ਉਹਨਾਂ ਨੂੰ ਰੱਟ ਲੱਗੀ ਹੋਈ ਆ, ਇਹ ਵੇਚਣ ਦਾ, ਇਹ ਜ਼ਿੰਮੇਦਾਰੀ ਵੇਚਣ ਦੀ ਸਰਕਾਰ ਦੀ ਹੈ, ਇਹ ਸਰਕਾਰ ਹੀ ਵੇਚ ਰਹੀ ਆ, ਇਹ ਜ਼ਿੰਮੇਦਾਰੀ ਸਰਕਾਰ ਦੀ ਹੈ, ਸਰਕਾਰ ਹੀ ਵੇਚ ਰਹੀ ਆ। ਮਾਵਾਂ ਦੇ ਪੁੱਤ ਵੇਚ ਮਰਵਾਈ ਜਾਂਦੇ ਆ, ਭੈਣਾਂ ਦੇ ਪੁੱਤ ਭਰਾ ਮਰਵਾਈ ਜਾਂਦੇ ਆ, ਬੱਚਿਆਂ ਦੇ ਬਾਪ ਮਰਵਾਈ ਜਾਂਦੇ ਆ, ਛੋਟੇ ਛੋਟੇ ਬੱਚੇ ਜਿਹੜੇ ਅੱਜ, ਕਿੰਨੀ ਕੁ ਇਹਦੀ ਉਮਰ ਆ, 28 ਸਾਲ ਦੀ ਉਮਰ ਸੀ ਬੱਚੇ ਦੀ, ਹੈ ਨਾ, ਅੱਜ ਵਿਧਵਾ ਹੋ ਕੇ ਕੀ ਕਰੂਗੀ, ਕੀ ਇਹਦੀਆਂ ਬੱਚੀਆਂ ਸੋਚਣਗੀਆਂ ਵੀ ਸਾਡਾ ਬਾਪ ਸੀ ਜਿਹੜੀ ਆ 8 ਮਹੀਨਿਆਂ ਦੀ ਬੱਚੀ ਆ, ਇਹ ਕਹੂਗੀ ਵੀ ਮੇਰਾ ਬਾਪ ਸੀ? ਇਹ ਤਾਂ ਕਹੂ ਮੈਂ ਤਾਂ ਦੁਨੀਆਂ 'ਤੇ ਐਂ ਆਈ ਸੀ, ਹੈ ਨਾ, ਕੀ ਇਹਨਾਂ ਦਾ ਪੋਸ਼ਣ ਹੋਇਆ? ਅੱਜ ਬੱਚੀ ਕੀ ਕਰ ਸਕਦੀ ਆ?
ਇਹ ਕੁਛ ਨਹੀਂ ਕਰ ਸਕਦੀ ਗੀ, ਇਹ ਸਰਕਾਰ ਦਾ ਕੰਮ ਹੈ। ਸੋ ਇਹ ਜਿਹੜਾ ਨਸ਼ਾ ਗਾ ਦੇਖੋ, ਇਹਨਾਂ ਨੇ ਕਿਹਾ ਸਰਕਾਰ ਬਕਵਾ ਰਹੀ ਆ। ਸਾਡੇ ਪਿੰਡ ਨਾ ਸ਼ਰੇਆਮ ਇਹ ਵੀ ਬੰਦੇ ਕਹਿੰਦੇ ਨੇ ਵੀ ਸਾਥੋਂ ਤਾਂ ਉੱਗੋ ਕੇ ਬਕਾਉਂਦਾ, ਸਾਡੇ ਨਾਲ ਉਹ ਹੈ, ਕਰ ਲਓ ਕੀ ਕਰਨਾ। ਦੇਖੋ ਨਸ਼ੇ ਦੇ ਖਿਲਾਫ਼ ਤੁਸੀਂ ਬੋਲ ਰਹੇ ਹੋ, ਤੁਹਾਡਾ ਚੈਨਲ ਦੀ ਰੀਚ ਖਤਮ ਕਰਤੀ, ਨਸ਼ੇ ਦੇ ਖਿਲਾਫ਼ ਮੇਰਾ ਪੇਜ ਚੱਲ ਰਿਹਾ ਉਸ ਦੀ ਰੀਚ ਖਤਮ ਕਰਤੀ। ਇਹ ਸਰਕਾਰ ਦੀ ਪਾਵਰ ਇਕੱਲੀ ਇੰਨੀ ਰਹਿ ਗਈ ਆ ਵੀ ਮੇਰੇ ਵਰਗੇ ਸਰਪੰਚ ਨੂੰ ਖਾਰਜ ਕਰ ਦੇ, ਮੈਨੂੰ ਅਹੁਦੇ ਤੋਂ ਖਾਰਜ ਕਰ ਦੇ, ਤੁਹਾਡਾ ਪੇਜ ਬੰਦ ਕਰ ਦੇ, ਮੇਰਾ ਪੇਜ ਬੰਦ ਕਰ ਦੇ। ਇੰਨੀ ਕੁ ਯੋਗੀ ਰਹਿ ਗਈ ਆਮ ਆਦਮੀ ਦੀ ਸਰਕਾਰ, ਹੋਰ ਇਹਨਾਂ ਤੋਂ ਕੋਈ ਐਕਸ਼ਨ ਹੁੰਦਾ ਨਹੀਂ ਗਾ ਨਸ਼ੇ ਦੇ ਖਿਲਾਫ਼। ਸੋ ਆਹ ਕੰਡੀਸ਼ਨਾਂ ਨੇ ਜਿਹੜਾ ਨਸ਼ੇ ਦੇ ਖਿਲਾਫ਼ ਬੋਲਦਾ ਨਾ, ਤੁਹਾਡਾ ਚੈਨਲ ਪਿੱਛੇ ਜੇ ਪਰਸੋਂ ਚੌਥੇ ਉਹ ਕੀਤਾ ਨਾ, ਹੈਂਗ ਕਰਤਾ, ਤੁਹਾਡੀ ਪੋਸਟ ਡਿਲੀਟ ਕਰਤੀ ਨਸ਼ੇ ਦੇ ਖਿਲਾਫ਼ ਜਿਹੜੇ ਤੁਸੀਂ ਚੈਨਲ 'ਤੇ ਲਾਈ ਸੀ। ਮੈਂ ਨਸ਼ੇ ਦੇ ਖਿਲਾਫ਼ ਬੋਲਦਾ, ਮੇਰਾ ਪੇਜ ਦੀ ਰੀਚ ਖਤਮ ਕਰਤੀ। ਇਹ ਚੀਜ਼ਾਂ ਨਾਲ ਸਾਡੇ ਪੇਜਾਂ ਪੂਜਾਂ ਨਾਲ ਅਸੀਂ ਕੀ ਲੈਣਾ? ਠੀਕ ਆ, ਅਸੀਂ ਲੜਦੇ ਰਹਾਂਗੇ ਨਸ਼ੇ ਦੇ ਖਿਲਾਫ਼। ਅੱਜ ਸਮੇਂ ਦਾ ਸਰਕਾਰ ਜਵਾਬ ਦੇਵੇ, ਉੱਗੋ ਕੇ ਜਵਾਬ ਦੇਵੇ, ਉਹਦੇ ਹਲਕੇ 'ਚ ਇਹ ਹਾਲ ਹੈ। ਠੀਕ ਆ, ਪ੍ਰਸ਼ਾਸਨ ਨੂੰ ਤਾਂ ਬੰਦਾ ਇੱਥੋਂ ਫੜ ਕੇ ਲੈ ਕੇ ਜਾਂਦਾ ਪ੍ਰਸ਼ਾਸਨ, ਆਮ ਆਦਮੀ ਵਾਲੇ ਉੱਥੇ ਹਾਜ਼ਰ ਹੁੰਦੇ ਨੇ ਥਾਣੇ 'ਚ ਛੁਡਾਉਣ ਵਾਸਤੇ, ਇਕੱਲੇ ਇੱਕ ਵੋਟਾਂ ਕਰਕੇ, ਇਕੱਲੇ ਇੱਕ ਵੋਟਾਂ ਕਰਕੇ। ਇਹ ਚੀਜ਼ਾਂ ਨਾਲ ਵੋਟਾਂ ਨਹੀਂ ਉਹਨਾਂ ਨੂੰ ਮਿਲਣੀਆਂ, ਇਹ ਸਾਡੀ ਕੌਮ ਦਾ ਖਾਤਮਾ ਕਰਕੇ ਇਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ। ਮਾਤਾ ਤੋਂ ਪੁੱਛੋ ਹੋਰ ਗੱਲ। ਭੈਣ ਬੋਲਦੀ ਹਾਂ, ਮੇਰਾ ਭਰਾ ਖਤਮ ਹੋਇਆ ਗਾ, ਮੈਨੇ ਭਗਵੰਤ ਮਾਨ ਦਾ ਨੈੱਟ ਤੋਂ ਨੰਬਰ ਕੱਢ ਕੇ ਵੀ ਫੋਨ ਕੀਤਾ ਵੀ ਵੀਰੇ ਮੇਰਾ ਭਰਾ ਚਿੱਟਾ ਲਾਉਂਦਾ ਗਾ, ਮੇਰਾ ਭਰਾ ਨੂੰ ਬਚਾ ਲਓ, ਉਹਨਾਂ ਦੀ ਕਾਰਵਾਈ ਕਰੋ। ਉਹਨਾਂ ਨੇ ਮੇਰੇ ਨੰਬਰ 'ਤੇ ਮੈਸੇਜ ਕਰਕੇ ਮੈਨੂੰ ਇਹ ਛੱਡਿਆ, ਮੇਰੇ ਕੋਲ ਹਾਲੇ ਵੀ ਮੈਸੇਜ ਪਏ ਨੇ, ਉਹ ਕਹਿ ਰਹੇ ਤੁਹਾਡੇ ਤੋਂ ਰਿਸ਼ਵਤ ਲਈ ਗਈ ਹੈਗੀ, ਅਸੀਂ ਰਿਸ਼ਵਤ ਦੀ ਕਾਰਵਾਈ ਕਰਦੇ ਹਾਂ, ਅਸੀਂ ਚਿੱਟੇ ਦੀ ਨਹੀਂ ਕਰਦੇ। ਉਹਨਾਂ ਨੇ ਮੈਨੂੰ 1100 ਨੰਬਰ ਸੈਂਡ ਕਰਿਆ, 1100 'ਤੇ ਗੱਲ ਕਰੋ। 1100 'ਤੇ ਮੈਨੇ ਫੋਨ ਲਗਾਇਆ, ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੇ ਸੈਂਟਰ ਨੇ ਨਸ਼ਾ ਛੁਡਾਉਣ ਵਾਲੇ ਉਹਨਾਂ ਨਾਲ ਗੱਲ ਕਰੋ। ਸੈਂਟਰ ਵਾਲਿਆਂ ਨਾਲ ਗੱਲ ਕਰੀ, ਉਹ ਤਾਂ ਪੈਸੇ ਲੈਂਦੇ ਸੀ ਵੀਰੇ, ਜੇ ਪੈਸੇ ਭਰਨੇ ਜੋਗੇ ਹੁੰਦੇ ਤਾਂ ਮੈਂ ਪਹਿਲਾਂ ਹੀ ਉਹ ਕਰ ਲੈਂਦੀ, ਪਹਿਲਾਂ ਹੀ ਮੈਂ ਤਾਂ 1.5 ਲੱਖ ਲਾਤਾ ਸੀ, ਮੇਰੇ 'ਚ ਹੁਣ ਹਿੰਮਤ ਨਹੀਂ ਸੀ। ਸਰਕਾਰ ਨੂੰ ਇਹ ਵੀ ਤਾਂ ਚਾਹੀਦਾ ਵੀ ਫਰੀ ਦੇ ਕੋਈ ਸੈਂਟਰ ਖੋਲ੍ਹੇ। ਮਾਮਾ ਦੇ ਪੁੱਤ ਜਾ ਰਹੇ ਨੇ, ਭੈਣਾਂ ਦੇ ਭਰਾ ਜਾ ਰਹੇ ਨੇ, ਸਾਨੂੰ ਪੁੱਛੋ ਸਾਡਾ ਗਿਆ। ਅਸੀਂ ਇਹ ਕਹਿ ਰਹੇ ਹਾਂਗੇ ਵੀ ਕਿਸੇ ਦਾ ਭੈਣ ਦਾ ਭਰਾ ਨਾ ਜਾਵੇ, ਕਿਸੇ ਮਾਂ ਦਾ ਪੁੱਤ ਨਾ ਜਾਵੇ। ਜਿਹੜੀ ਇਹ ਸਰਕਾਰ ਬਣੀ ਆ, ਇਹ ਗੰਦੀ ਸਰਕਾਰ ਬਣੀ ਆ, ਕੋਈ ਕਿਸੇ ਲਈ ਕੁਛ ਨਹੀਂ ਕਰ ਰਹੀ, ਆਪਣੇ ਬੱਬਰ ਭਰ ਰਹੀ ਆ, ਆਪਣੇ ਢਿੱਡ ਭਰ ਰਹੀ ਹੈਗੀ, ਉਹੀ ਨਸ਼ਾ ਵੇਚ ਵੇਚ ਕੇ ਆਪਣੇ ਉਹ ਕਰ ਰਹੀ ਹੈਗੀ, ਬੱਚਿਆਂ ਨੂੰ ਖਰਾਬ ਕਰ ਕਰਕੇ। ਉਹਨਾਂ ਕੋਲ ਕੁਛ ਨਹੀਂ, ਇਹ ਰਾਸ਼ਨ ਦੇ ਰਹੇ ਆ ਫਰੀ ਦਾ, ਕਣਕ ਦੇ ਰਹੇ ਆ, ਕਿਉਂ ਦੇ ਰਹੇ ਹੈਗੇ? ਬੱਸਾਂ ਦੇ ਕਿਰਾਏ ਫਰੀ ਕਰਤੇ ਇਹਨਾਂ ਨੇ, ਕਿਉਂ ਕਰੇ? ਬੱਚਿਆਂ ਨੂੰ ਨੌਕਰੀਆਂ ਦੇਣ, ਇੱਕ ਇੱਕ ਬੱਚੇ ਨੂੰ ਨੌਕਰੀ ਦੇਣ, ਮਾਂ ਬਾਪ ਬੈਠੇ ਨੇਗੇ ਹੈ ਨਾ ਪੁੱਤਾਂ ਦੀ ਕਮਾਈ ਖਾਣ ਨੂੰ, ਉਹਨਾਂ ਤਾਂ ਸਮਾਨ ਵੇਚੀ ਜਾਂਦੇ ਨੇ ਚੱਕ ਚੱਕ ਕੇ, ਹੱਡ ਤੋੜ ਤੋੜ ਕੇ। ਇਹੋ ਜਿਹੀ ਸਰਕਾਰ ਨੂੰ ਕੀ ਅਸੀਂ ਫੂਕਣਾ? ਜਿਹੜੀ ਸਾਨੂੰ ਇਹ ਕਿਰਾਏ ਦਿੰਦੀ ਆ, ਇਹ ਰਾਸ਼ਨ ਫਰੀ ਦਿੰਦੀ ਆ, 15-15 ਕਿਲੋ ਕਣਕ, ਅਸੀਂ 15-15 ਕਣਕ ਕੀ ਫੂਕਣੀ ਆ? ਜਿਹੜੀ ਸਾਡੇ ਬੱਚਿਆਂ ਨੂੰ ਖਤਮ ਕਰ ਰਹੀ ਅੱਜ, ਇਸ ਦੁਨੀਆ ਤੋਂ ਬੱਚੇ ਜਾ ਰਹੇ ਨੇ, ਸਾਨੂੰ ਪਤਾ ਅੱਜ ਸਾਡਾ ਭਰਾ ਚੱਲ ਗਿਆ, ਆਹ ਕੁੜੀ ਆ ਛੋਟੀ, ਅਸੀਂ ਕੀ ਕਰੀਏ? ਮੈਨੂੰ ਭਗਵੰਤ ਮਾਨ ਮੇਰੀਆਂ ਭਤੀਜਿਆਂ ਨੂੰ 10 ਲੱਖ ਰੁਪਏ ਦਾ ਦੇਵੇ, ਹੈ ਮਾਰਜਾ, ਜਾਂ ਮੇਰੀ ਜਿਹੜੀ ਭਰਜਾਈ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਨਹੀਂ ਅਸੀਂ ਤਾਂ ਭਗਵੰਤ ਮਾਨ ਦੇ ਘਰ ਜਾ ਕੇ ਬੈਠਾਂਗੇ। ਸਾਨੂੰ ਭਗਵੰਤ ਮਾਨ ਦਾ ਐਡਰੈਸ ਦਿੱਤਾ ਜਾਵੇ, ਭਗਵੰਤ ਮਾਨ ਸਾਡੇ ਸਾਹਮਣੇ ਆਵੇ, ਅਸੀਂ ਬਹੁਤ ਦੁਖੀ ਹਾਂ, ਸਾਨੂੰ ਪਤਾ ਅਸੀਂ ਆਪਣਾ ਘਰ ਲਾਤਾ, ਸਾਡਾ ਜੇ ਸਾਡਾ ਮੁੰਡਾ ਅੱਜ ਨਸ਼ੇ ਦੀ ਭੇਟ ਚੜ੍ਹਿਆ ਤਾਂ ਅਸੀਂ ਬੋਲੇ ਹਾਂ, ਅਸੀਂ ਲੁਕੋ ਨਹੀਂ ਰੱਖਦੇ। ਪੰਜਾਬ ਦੀਆਂ ਧੀਆਂ ਤਾਂ ਵਿਧਵਾ ਹੋ ਕੇ ਮੰਗ ਕਰ ਰਹੀਆਂ ਨੌਕਰੀ ਦੀਆਂ, ਵੀ ਅਸੀਂ ਵਿਧਵਾ ਹੋਊਗਾ, ਸਾਡੇ ਕੋਲ ਕੋਈ ਹੱਲ ਨਹੀਂ, ਸਾਨੂੰ ਨੌਕਰੀ ਦੇ ਦਿਓ, ਅਸੀਂ ਰੋਟੀ ਪਾਣੀ ਚਲਾ ਸਕੇ। ਅਤੇ ਬਾਹਰਲੇ ਸੂਬਿਆਂ 'ਚੋਂ ਆਇਆਂ ਨੂੰ ਨੌਕਰੀ ਵੰਡੀ ਜਾਂਦਾ ਭਗਵੰਤ ਮਾਨ। ਸੋ ਇਹ ਸੂਰਤ ਹਾਲ ਆ ਪੰਜਾਬ ਦਾ, ਹਰ ਇੱਕ ਬੰਦੇ ਨੂੰ ਆਪਣੇ ਤੌਰ 'ਤੇ ਆਵਾਜ਼ ਉਠਾਉਣੀ ਪੈਣੀ ਆ। ਦੇਖੋ ਮੈਂ ਤਾਂ ਸਿਰ 'ਤੇ ਕਫਨ ਬੰਨਿਆ ਵਾ, ਮੈਂ ਤਾਂ ਬੋਲਦਾ ਹਰ ਇੱਕ ਸਰਕਾਰ ਦੇ ਖਿਲਾਫ਼, ਬੋਲਦਾ ਜਿੱਥੇ ਮਾੜੀ ਚੀਜ਼ ਹੁੰਦੀ ਆ, ਬੋਲਦਾ ਜਿੱਥੇ ਮੇਰੇ ਤੋਂ ਗਲਤੀ ਹੋ ਗਈ, ਮੈਂ ਮਾਫ਼ੀ ਮੰਗੂੰਗਾ। ਪਰ ਜਿਹੜੇ ਬੰਦੇ ਘਰਾਂ 'ਚ ਬੈਠੇ ਆ ਵੀ ਸਾਨੂੰ ਕੀ, ਫਲਾਣੇ ਦਾ ਮਰਿਆ ਸਾਨੂੰ ਕੀ ਹੋ ਗਿਆ, ਸਾਡਾ ਕੀ ਹੋਊਗਾ, ਸਾਨੂੰ ਪਿੰਡ ਨਾਲ ਕੀ ਲੈਣਾ, ਤਾਂ ਉਹ ਬੰਦੇ ਨੂੰ ਮੈਂ ਕਹਿਣਾ ਵੀ ਬੋਲੋ। ਮੈਂ ਇਹ ਗੱਲ ਤਾਂ ਬਾਰ ਬਾਰ ਕਹੀ ਆ ਵੀ ਜੇ ਬੋਲੇ ਤਾਂ ਮਾਰ ਦੇਣਗੇ,
ਜੇ ਮਰ ਜਾਵਾਂਗੇ, ਦੋਨੇ ਸੂਰਤਾਂ 'ਚ ਮਰਾਂਗੇ। ਜੇ ਬੋਲ ਕੇ ਮਰੀਏ ਫਿਰ ਬੋਲਣਾ ਪੈਣਾ ਹਰ ਇੱਕ ਨੂੰ, ਆਪਦਾ ਦਰਦ, ਆਪਦੇ ਪਿੰਡ ਦਾ ਦਰਦ, ਆਪਦੇ ਲੋਕਾਂ ਦਾ ਦਰਦ ਲੈ ਕੇ ਆਉਣਾ ਪੈਣਾ ਲੋਕਾਂ ਮੂਹਰੇ। ਸਰਕਾਰਾਂ ਨੂੰ ਸ਼ਰਮਿੰਦਗੀ ਦੇਣੀ ਪੈਣੀ। ਜਿੱਥੇ ਸਾਡੀ ਪੰਚਾਇਤ ਦਾ ਹਲਕ ਬਣਦਾ ਸਾਨੂੰ ਕਹੋ, ਅਸੀਂ ਤਾਂ ਲੜ ਰਹੇ ਹਾਂ ਇਹ ਚੀਜ਼ਾਂ ਦੇ ਖਿਲਾਫ਼। ਸਾਡੀ ਤਾਂ ਕੋਈ ਸਿਕਿਓਰ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਨਸ਼ੇ ਦੇ ਖਿਲਾਫ਼ ਲੜ ਰਹੇ ਹਾਂ ਕਿ ਸਾਡੇ ਕੋਈ ਗੋਲੀ ਮਾਰੇ। ਆ ਜਿਹੜੇ ਮੇਰੇ ਬੈਰ ਪਏ ਆ ਨਸ਼ੇ ਦੇ ਖਿਲਾਫ਼ ਲੜਨ ਵਾਸਤੇ ਹੀ ਪਏ ਆ। ਸੋ ਇਹ ਚੀਜ਼ਾਂ ਤੁਸੀਂ ਲੈ ਕੇ ਆ ਰਹੇ ਹੋ ਤੁਹਾਡਾ ਚੈਨਲ, ਅਤੇ ਧੰਨਵਾਦੀ ਹਾਂ। ਲੋਕ ਆਵਾਜ਼ ਦਾ ਹਮੇਸ਼ਾ ਧੰਨਵਾਦ ਕਰਦਾ ਵੀ ਸਿਰ ਤੋੜ ਇਹਨਾਂ ਨੇ। ਮੈਂ ਤੁਹਾਡੀ ਕੋਈ ਐਂ ਨਹੀਂ ਵੀ ਤੁਹਾਡੀ ਇਹ ਵਡਿਆਈ ਕਰ ਰਿਹਾ ਤੁਹਾਡੇ ਚੈਨਲ 'ਤੇ, ਤੁਹਾਡੀ ਪਿੱਠ ਪਿੱਛੇ ਵੀ ਕਹਿਣਾ ਵੀ ਤੁਸੀਂ ਲੋਕ ਮੁੱਦੇ, ਲੋਕਾਂ ਦੀਆਂ ਦਰਦ ਤਕਲੀਫਾਂ ਲੈ ਕੇ ਆਏ ਹੋ ਲੋਕਾਂ ਮੂਹਰੇ। ਧੰਨਵਾਦ, ਤੁਹਾਡੇ ਨਾਲ ਹਮੇਸ਼ਾ ਖੜ੍ਹੇ ਹਾਂ ਅਤੇ ਖੜ੍ਹੇ ਰਹਾਂ। ਤਾਂ ਇਹ ਕਹਾਣੀ ਦਿਖਾਉਣੀ ਇੱਕ ਘਰ ਦੀ ਨਹੀਂ, ਇਹ ਕਹਾਣੀ ਦਾ ਮਕਸਦ ਹਰ ਇੱਕ ਪਿੰਡ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ, ਇਹ ਗਰਾਊਂਡ ਰਿਐਲਿਟੀ ਹੈ। ਸਰਕਾਰ ਬੋਰਡਾਂ ਉੱਤੇ ਕੁਛ ਦਿਖਾਉਂਦੀ ਹੈ, ਟੀਵੀਆਂ ਉੱਤੇ ਦਿਖਾਉਂਦੀ ਹੈ, ਪਰ ਅਸਲ ਹਕੀਕਤ ਕੀ ਆ ਉਹ ਤੁਹਾਨੂੰ ਦਿਖਾ ਰਹੇ ਹਾਂ। ਉਮੀਦ ਕਰਦੇ ਹਾਂ ਜੇਕਰ ਹਾਲੇ ਵੀ ਹੋਰ ਲਾਸ਼ਾਂ ਨੂੰ ਸਰਕਾਰ ਉਡੀਕ ਰਹੀ ਹੈ ਤਾਂ ਉਡੀਕ ਲਵੇ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਕਰੇ ਤਾਂ ਵੀ ਚੰਗੀ ਗੱਲ ਹੈ। ਉਮੀਦ ਕਰਦੇ ਹਾਂ ਕਿ ਨਸ਼ਾ ਜਿਹੜਾ ਚਿੱਟਾ ਜੋ ਵਾਅਦਾ ਕੀਤਾ ਸੀ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਅਤੇ ਨੌਜਵਾਨੀ ਜਿਹੜੀ ਮਰ ਕਿਨਾਰੇ ਉਹਨਾਂ ਨੂੰ ਬਚਾਇਆ ਜਾਵੇਗਾ। ਦੇਖਦੇ ਰਹੋ ਲੋਕਸ ਟੀਵੀ, ਧੰਨਵਾਦ।